ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੱਲੋ ਬੜੈਚ ਮਸਲਾ ਗੰਭੀਰ ਹੈ ਕੱਲ ਦੇ ਪਰਸੋਂ ਦੇ ਅਸਲ ਚ ਚਿੰਤਾ ਚ ਤੇ ਕੱਲ ਅਸੀਂ ਸਾਰਾ ਦਿਨ ਟਿਕਰੀ ਵਾਲੀ ਸਰ ਲੋਕਾ ਜੋਸ਼ੀ ਭਰਿਆ ਕਿ ਨਹੀਂ ਆਪਾਂ ਜੰਗ ਜਿੱਤ ਕੇ ਜਾਣਾ ਹੈ ਜੰਗ ਜਿੱਤਾਂਗੇ ਪਰ ਹੁਣ ਮੈਂ 26 ਵਾਲੇ ਮਸਲੇ ਤੇ ਤੇ ਉਹ ਕਿੱਥੋਂ ਗੱਲ ਸ਼ੁਰੂ ਹੋਈ ਤੇ ਕਿਦਾਂ ਹੋਈ ਕਿਵੇਂ ਹੋਈ ਉਹਦੇ ਦੀ ਗੱਲਾਂ ਕਰਨੀਆਂ ਨੇ ਮੈਂ ਕਮੈਂਟ ਨਹੀਂ ਪੜੂੰਗਾ ਕਿ ਨਾਲ ਉਧਰ ਧਿਆਨ ਜੁਗਾਂ ਮੈਂ ਕਮੈਂਟ ਹਟਾਲਤੇ ਆ ਸਿਰਫ ਗੱਲ ਕਰਨੀ ਆ ਸਾਰੀ ਗੱਲ ਸੁਣ ਕੇ ਸਮਝ ਕੇ ਐਂਡ ਤੇ ਲਾਈਵ ਦੇਖ ਲਿਓ ਫਿਰ ਆਪ ਐਨਲਿਸਿਸ ਕਰ ਲਿਓ ਆਪ ਸਾਰੀ ਗੱਲ ਸੋਚ ਸਮਝ ਲਿਓ ਕਿਵੇਂ ਹੋਇਆ ਕੁਝ ਜਿਹੜੇ ਸਵਾਲ ਨੇ ਸਵਾਲਾਂ ਦੀ ਗੱਲ ਕਰਦੇ ਆ ਆਪਣਾ ਆਪਾਂ ਉੱਥੇ ਦਿੱਲੀ ਬੈਠੇ ਕਿਉਂ ਆ ਅੱਪਾ ਦਿੱਲੀ ਬੈਠੇ ਕਿਉਂ ਆ ਆਪਾਂ ਤਿੰਨ ਕਿਸਾਨੀ ਬਿੱਲ ਜਿਹੜੇ ਆਇਆ ਕਾਲੇ ਕਾਨੂੰਨ ਆਇਓ ਰੱਦ ਕਰਾਉਣ ਲਈ ਬੈਠੇ ਆ ਤੇ ਇੱਕ ਕਾਨੂੰਨ ਲਾਗੂ ਕਰਾਉਣ ਲਈ ਬੈਠੇ ਆ ਐਮਐਸਪੀ ਤੇ ਸਰਕਾਰੀ ਖਰੀਦ ਦੀ ਪੱਕੀ ਗਰੰਟੀ ਇਹ ਲਾਗੂ ਕਰਾਉਣਾ ਤੇ ਤਿੰਨ ਕਾਨੂੰਨ ਰੱਦ ਕਰਾਉਣੇ ਆ ਆਪਾਂ ਉਹਦੇ ਲਈ ਬੈਠੇ ਆ ਔਰ ਉਹਦੇ ਵਿੱਚ ਲੀਡ ਪੰਜਾਬ ਨੇ ਕੀਤੀ ਤੇ ਮਸਲਾ ਸਾਰੇ ਭਾਰਤ ਦਾ ਸੀ ਉਦੇ ਨਾਲ ਫਿਰ ਹਰਿਆਣਾ ਜੁੜਿਆ ਹਰਾਨੇ ਦੇ ਨਾਲ ਯੂਪੀ ਜੁੜਿਆ ਉੱਤਰਾਖੰਡ ਜੁੜਿਆ ਰਾਜਸਥਾਨ ਜੁੜਿਆ ਮਹਾਰਾਸ਼ਟਰ ਕਰਨਾਟਕਾ ਸਾਰੀਆਂ ਸਾਰੀਆਂ ਸਟੇਟਾਂ ਨਾਲ ਜੁੜੀਆਂ ਤੇ ਪਿਛਲੇ 60 ਦਿਨਾਂ ਤੋਂ ਆਪਾਂ ਉਹਦੇ ਵਿੱਚ ਬਹੁਤ ਸ਼ਾਂਤੀ ਦੇ ਨਾਲ ਬਹੁਤ ਮਤਲਬ ਪਿਆਰ ਨਾਲ ਪੱਤਾ ਤੱਕ ਨਹੀਂ ਕੋਈ ਹਿੱਲਿਆ ਤੇ ਆਪਾਂ ਬੈਠੇ ਤੇ ਆਪਣਾ ਮੋਰਚਾ ਸਫਲ ਜਾ ਰਿਹਾ ਸਫਲ ਜਾ ਰਿਹਾ ਸੀ ਤੇ ਆਪਾਂ ਬੈਠੇ ਸੀ ਉਹਦੇ ਵਿੱਚ ਬਹੁਤ ਸਾਰੀ ਸ਼ਮੂਲੀਅਤ ਉਹ ਦੂਜੀਆਂ ਸਟੇਟਾਂ ਦੀ ਬਾਤ ਰਹੀ ਸੀ ਤੇ ਕੁਝ ਦਿਨ ਪਹਿਲਾਂ ਵੀ ਐਕਸ਼ਨ ਨਾਲ ਨਾਲ ਹੋਰ ਕਰਦੇ ਕਰਦੇ ਜਿਵੇਂ ਪਿੱਛੋਂ ਛੋਟੇ ਛੋਟੇ ਐਕਸ਼ਨ ਆ ਰਹੇ ਸੀ ਤਾਂ ਇੱਕ ਵੱਡਾ ਐਕਸ਼ਨ ਰੱਖਿਆ ਸੀ ਕਿ 26 ਜਨਵਰੀ ਨੂੰ ਅਗਰ ਸਰਕਾਰ ਨਹੀਂ ਮੰਨੂਗੀ ਤਾਂ 26 ਜਨਵਰੀ ਦੀ ਪਰੇਡ ਦੇ ਨਾਲ ਕਿਸਾਨੀ ਪਰੇਡ ਹੋਊਗੀ ਇਹ ਸੀ ਗੱਲ ਉਹਦੇ ਵਿੱਚ ਜਿੱਦਾਂ ਕਿਸਾਨਾਂ ਨੇ ਕਿਹਾ ਕਿ ਰਿੰਗ ਰੋਡ ਤੇ ਪਰੇਡ ਕਰਾਂਗੇ ਪਰ ਰਿੰਗ ਰੋਡ ਦੀ ਪਰੇਡ ਕਿਉਂ ਬਦਲੀ ਗਈ ਰੂਟ ਤਿੰਨੇ ਕਿਉਂ ਬਦਲੇ ਗਏ ਹੁਣ ਇਹ ਗੱਲਾਂ ਕਰਾਂਗੇ ਇਹਦਾ ਕੀ ਕਾਰਨ ਸੀ ਔਰ ਉੱਥੇ ਇੱਕ ਏਜੰਸੀ ਉਹ ਇੱਕ ਪਾਰਟੀ ਜਿਹੜੀ ਪਹਿਲੇ ਦਿਨ ਤੋਂ ਕੱਲੀ ਚੱਲ ਰਹੀ ਆ ਉਹਨੇ ਕਿਉਂ ਪਾਇਆ ਤਾਂ ਕੀ ਰੋਲ ਸੀ ਦੀਪ ਸਿੱਧੂ ਦਾ ਕਿਉਂ ਹੋਇਆ ਇਹ ਇਹਦੀ ਗੱਲ ਤੁਸੀਂ ਸਮਝੋ ਇੱਕ ਚੀਜ਼ ਨਾਲ ਨਾਲ ਇਹ ਸਮਝੀ ਜਾਏ ਕਿ ਗੋਦੀ ਮੀਡੀਆ ਪਹਿਲੇ ਦਿਨ ਕੀ ਪ੍ਰਚਾਰ ਰਿਆ ਸੀ ਵੀ ਇਹ ਤਾਂ ਖਾਲਿਸਤਾਨੀ ਆ ਗਏ ਤਾਂ ਪੰਜਾਬ ਦਾ ਕੱਲੇ ਦਾ ਮਸਲਾ ਹੈ ਫਿਰ ਇਹਨਾਂ ਨੇ ਮੌਵਾਦੀ ਨਕਸ਼ਲੀ ਫਿਰ ਇਹਨਾਂ ਨੇ ਖਾਲਿਸਤਾਨ ਤੇ ਬਹੁਤ ਜ਼ੋਰ ਦਿੱਤਾ ਕਿ ਦੋ ਹਫ਼ਤੇ ਜੀਟੀਵੀ ਵਰਗੇ ਚਲਾਈ ਗਏ ਪਰ ਲੋਕਾਂ ਦਾ ਵਿਸ਼ਵਾਸ ਸੀ ਕਿ ਕਿਸਾਨ ਨੇ ਤੇ ਲੋਕ ਸਾਡੇ ਨਾਲ ਜੁੜੇ ਦਿੱਲੀ ਵਾਲੇ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੁਣ ਤੁਸੀਂ ਮੈਂ ਇੱਥੇ ਲਾਸਟ ਵਾਲੀ ਗੱਲ ਤੇ ਹਾਂ ਉਹ ਰੂਟ ਕਿਉਂ ਬਦਲਿਆ ਜਦੋਂ ਪਰੇਡ ਦੀ ਗੱਲ ਆਈ ਕਿ ਰਿੰਗ ਰੋਡ ਤੇ ਜਿਵੇਂ ਏਜੰਸੀਆਂ ਕੰਮ ਕਰਦੀਆਂ ਏਜੰਸੀਆਂ ਚ ਬੰਦੇ ਕੰਮ ਕਰਦੇ ਆ ਉਹਦੇ ਚ ਏਜੰਸੀਆਂ ਦੇ ਚ ਕੋ ਚੰਗੇ ਬੰਦੇ ਵੀ ਹੁੰਦੇ ਆ ਉਹ ਜਿਹੜੇ ਇਮਾਨਦਾਰ ਹੁੰਦੇ ਆ ਜਿਹੜੇ ਚਾਹੁੰਦੇ ਆ ਵੀ ਇਹ ਕਿਸਾਨ ਦੀਆਂ ਜਿਹੜੇ ਬਿੱਲ ਰੱਦ ਹੋਣ ਕਿ ਸਰਕਾਰ ਕੀ ਚਾਲ ਚੱਲੇਗੀ 100 ਪਰ ਉਹ ਕਿਸਾਨਾਂ ਨੂੰ ਵੀ ਰਿਪੋਰਟਾਂ ਮਿਲ ਜਾਂਦੀਆਂ ਕਿਉਂਕਿ ਇੱਡਾ ਵੱਡਾ ਮੋਰਚਾ ਕਿ ਸੀਗਾ ਕਿ ਅਗਰ ਰਿੰਗ ਰੋਡ ਤੇ ਜਾਵਾਂਗੇ ਤਾਂ ਸਰਕਾਰ ਵਾਇਲੈਂਸ ਕਰਾਊਗੀ ਜਾਂ ਕਿਤੇ ਲਾਲ ਕਿਲੇ ਵੱਲ ਨੂੰ ਤੱਕ ਸਕਦੀ ਹੈ ਉੱਥੇ ਕੋਈ ਇਹ ਦੰਗੇ ਕਰਾ ਸਕਦੀ ਹੈ ਉਸ ਕਰਕੇ ਕਿ ਆਪਾਂ ਪਹਿਲੀ ਗੱਲ ਮਾਰਚ ਕਰਨਾ ਕਿਉਂ ਸੀ ਆਪਣਾ ਮਾਰਚ ਕਰਨਾ ਮਤਲਬ ਸੀ ਕਿ ਲੱਖਾਂ ਦੀ ਗਿਣਤੀ 'ਚ ਕਿਸਾਨ ਆਊਗਾ ਸਰਕਾਰ ਤੇ ਦਬਾਅ ਬਣੂਗਾ ਕਿ ਇਹ ਕੋਈ ਇਕੱਲਾ ਪੰਜਾਬ ਨਹੀਂ ਬੈਠਾ ਕਿ ਕਰੋੜਾਂ ਕਿਸਾਨ ਹੈ ਉਹਦੇ ਨਾਲ ਜਿਹੜੀ ਆਪਣੀ ਇਹ ਨਿਊਜ਼ ਹੈ ਇੰਟਰਨੈਸ਼ਨਲ ਲੈਵਲ ਤੇ ਨਿਊਜ਼ ਬਣੂਗੀ ਜਿਵੇਂ ਬਾਹਰਲੀਆਂ ਕੰਟਰੀਆਂ ਸਾਨੂੰ ਸਪੋਰਟ ਕਰਦੀਆਂ ਸੀ ਤੇ ਉਹ ਹੋਰ ਵੱਡੀ ਸਪੋਰਟ ਕਰਨਗੇ ਯੂਨੋ ਤੱਕ ਮਸਲਾ ਕਿਸਾਨਾਂ ਦਾ ਜਾਊਗਾ ਸਰਕਾਰ ਨੂੰ ਦਬਾ ਦੇ ਅੰਦਰ ਬਿੱਲ ਰੱਦ ਕਰਨੇ ਪੈਣਗੇ ਜਨ ਸ਼ਕਤੀ ਵਿਖਾਉਣੀ ਸੀ ਆਪਾਂ ਜਨ ਸ਼ਕਤੀ ਵਿਖਾਉਣੀ ਸੀ ਉਹ ਜਿਹੜੇ ਮਰਜ਼ੀ ਰੋਡ ਤੇ ਵਿਖਾ ਦਿੰਦੇ ਉਹ ਕੋ ਰਿੰਗ ਰੋਡ ਤੇ ਜਾਦੀ ਨਹੀਂ ਸੀ ਹੋਣੀ ਉਹਦਾ ਕੀ ਕਾਰਨ ਸੀ ਪਰ ਰੂਟ ਕਿਉਂ ਬਦਲਿਆ ਕਿ ਜੋ ਕੱਲ ਹੋਇਆ ਇਹ ਹੋਣ ਦਾ ਖਤਰਾ ਸੀ ਇਹ ਹੀ ਹੋਣ ਦਾ ਖਤਰਾ ਸੀ ਔਰ ਵੱਡੇ ਲੈਵਲ ਤੇ ਬੰਦੇ ਨਹੀਂ ਸੀ ਮਰਵਾਉਣੇ ਆਪਾਂ ਕਾਨੂੰਨ ਬਿੱਲ ਰੱਦ ਕਰਾਉਣੇ ਸੀ ਉਹਦੇ ਲਈ ਰੂਟ ਬਦਲੇ ਰੂਟ ਬਦਲਣ ਤੋਂ ਬਾਅਦ ਤੁਸੀਂ ਇਹ ਦੇਖੋ 24 ਜਨਵਰੀ ਤੋਂ ਰੌਲਾ ਕੀ ਪਿਆ ਬਿੱਲਾਂ ਦਾ ਮਸਲਾ ਖਤਮ ਕਰਤਾ ਰੂਟ ਏ ਨੇ ਰੂਟ ਏ ਨੇ ਰਿੰਗ ਰੋਡ ਰਿੰਗ ਰੋਡ ਰਿੰਗ ਰੋਡ ਰਿੰਗ ਰੋਡ ਰਿੰਗ ਰੋਡ ਹੋਈ ਗਈ ਬਿੱਲੀ ਬਿੱਲ ਵਾਲਾ ਮਸਲਾ ਖਤਮ ਹੋ ਗਿਆ ਐਂਡ ਤੇ ਚਲੋ ਰੂਟ ਕਿਉਂਕਿ ਜੱਥੇ ਬੰਦੇ ਨੂੰ ਪਤਾ ਸੀ ਕਿ ਵਾਇਲੈਂਸ ਹੋਊਗਾ ਪਤਾ ਸੀ ਉਹਨਾਂ ਨੂੰ ਉਹਨਾਂ ਨੂੰ ਡਰ ਸੀ ਸੀ ਅਸੀਂ ਲੋਕਾਂ ਦੇ ਧੀ ਪੁੱਤ ਨਹੀਂ ਮਰਵਾਉਣੇ ਅਸੀਂ ਜਨ ਸ਼ਕਤੀ ਦਿਖਾਉਣੀ ਹੈ ਆਪਣੀ ਲੋਕ ਆਏ ਪਰ ਕੀ ਪ੍ਰਚਾਰਿਆ ਗਿਆ ਏਜੰਸੀਆਂ ਰਾਂਹ ਜਿਹੜੇ ਏਜੰਸੀਆਂ ਨੇ ਕੰਮ ਕਰ ਰਹੇ ਸੀ ਕਿ ਰਿੰਗ ਰੋਡ ਰਿੰਗ ਰੋਡ ਰਿੰਗ ਰੋਡ ਫਿਰ ਕੀ ਹੋਇਆ ਹੁਣ ਮੈਂ ਗੱਲ ਕਰਦਾ ਤੁਹਾਨੂੰ ਇਹ ਦੱਸੋ ਉਹਦੇ ਚ ਹੁਣ ਕੀ ਕੀਤਾ ਰਿੰਗ ਰੋਡ ਤੇ ਲਿਜਾ ਕੇ ਦੱਸੋ ਵੀ ਤੁਸੀਂ ਇਹ ਦੱਸੋ ਲਾਲ ਕਿਲੇ ਦੀ ਕਿੰਨੇ ਗੱਲ ਕੀਤੀ ਸੀ ਲਾਲ ਕਿਲੇ ਤੇ ਜਾਣ ਦੀ ਤਾਂ ਕੋਈ ਗੱਲ ਨਹੀਂ ਸੀ ਸਗੋਂ ਗੱਲ ਜਿਹਨੂੰ ਤਿੰਨ ਚਾਰ ਹਫ਼ਤੇ ਪਹਿਲਾਂ ਉੱਠੀ ਤਾਂ ਅਸੀਂ ਕਹਿੰਦੇ ਸੀ ਕੋਈ ਆਪਾਂ ਲਾਲ ਕਿਲੇ ਦੀ ਇੱਟਾਂ ਨਹੀਂ ਲਿਆਉਣੀਆਂ ਆਪਾਂ ਕੋਈ ਪਾਰਲੀਮੈਂਟ ਦੀਆਂ ਕੁਰਸੀਆਂ ਨਹੀਂ ਲਿਆਉਣੀਆਂ ਆਪਾਂ ਬਿੱਲ ਰੱਦ ਕਰਾਉਣੇ ਨੇ ਬਿੱਲ ਰੱਦ ਕਰਾਉਣੇ ਨੇ ਤਾਂ ਲਾਲ ਕਿਲੇ ਦੀ ਤਾਂ ਗੱਲ ਕਿਸੇ ਨੇ ਕੀਤੀ ਨਹੀਂ ਸੀ ਜਿਹੜੇ ਅੱਜ ਕਹਿੰਦੇ ਨਾ ਮਸਲਾ ਦੋਸਤੋ ਇਹ ਨਹੀਂ ਹੈ ਕਿ ਉੱਥੇ ਝੰਡਾ ਕੇਸਰੀ ਝੁੱਲਿਆ ਨਹੀਂ ਝੁੱਲਿਆ ਤਿਰੰਗਾ ਉੱਤਰਿਆ ਨਹੀਂ ਉੱਤਰਿਆ ਇਹ ਮਸਲਾ ਨਹੀਂ ਹੈ ਮਸਲਾ ਇਹ ਸੀ ਕਿ ਆਪਾਂ ਲਾਲ ਕਿਲੇ ਤੇ ਤਾਂ ਜਾਣਾ ਹੀ ਨਹੀਂ ਸੀ ਪਰ ਲਾਲ ਕਿਲੇ ਤੇ ਗਏ ਕਿਉਂ ਉੱਥੇ ਝੰਡਾ ਤਾਂ ਤਾਂ ਹੀ ਝੁੱਲਿਆ ਨਾ ਜੇ ਉੱਥੇ ਗਏ ਆ ਲਾਲ ਕਿਲੇ ਤੇ ਤਾਂ ਜਾਣਾ ਹੀ ਨਹੀਂ ਸੀ ਉਹ ਕਿਉਂ ਗਏ ਆਪਾਂ ਬਾਕੀ ਮੈਂ ਕਹਾਣੀ ਤੁਹਾਨੂੰ ਘਰ ਕਿਉਂਕਿ ਮੈਂ ਵਿੱਚ ਸੀ ਧਰਨੇ ਦੇ ਮੈਂ ਤੁਹਾਨੂੰ ਦੱਸੂਗਾ ਲਾਲ ਕਿਲੇ ਤੇ ਇੱਕ ਚਾਲ ਦੇ ਰਾਹੀ ਬੰਦਿਆਂ ਦੀਆਂ ਏਜੰਸੀਆਂ ਨੇ ਮਿਲੀ ਭੁਗਤ ਦੇ ਰਹੀਂ ਉਥੇ ਕਿਉਂ ਭੇਜਿਆ ਗਿਆ ਉਹਦੇ ਚ ਪਹਿਲਾਂ ਸਰਕਾਰ ਦੇ ਸਾਰੇ ਬੰਦੇ ਸੀ ਕਿ ਇੱਥੇ ਕੇਸਰੀ ਝੰਡਾ ਚ ਪਲਾਨਿੰਗ ਸੀ ਸਭ ਕੇਸਰੀ ਝੰਡਾ ਝੁਲਿਆ ਜਾਊਗਾ ਫਿਰ ਸਰਕਾਰ ਵੱਲੋਂ ਗੋਦੀ ਮੀਡੀਆ ਵੱਲੋਂ ਪ੍ਰਚਾਰਿਆ ਜਾਊਗਾ ਕਿਆ ਦੇਖੋ ਅਸੀਂ ਕਹਿੰਦੇ ਸੀ ਇਹ ਖਾਲਸਤਾਨੀ ਨੇ ਇਹ ਸਿੱਖਾਂ ਨੇ ਇਹ ਖਾਲਸਤਾਨੀ ਮਸਲਾ ਹੈ ਇਹਦੇ ਚ ਕੋਈ ਕਿਸਾਨ ਨਹੀਂ ਹੈ ਉਥੋਂ ਫਿਰ ਟਕਰਾਅ ਹੋਊਗਾ ਉਥੇ ਲਾਲ ਕਿਲੇ ਚ ਲੱਖਾਂ ਚ ਲੋਕ ਹੋਣਗੇ ਉਧਰੋਂ ਪੁਲਿਸ ਵੱਲੋਂ ਦੇ ਦੇ ਵਿੱਚ ਜਿਹੜੇ ਆਰਐਸਐਸ ਦੇ ਬੰਦੇ ਛੱਡੇ ਪੁਲਿਸ ਦੀ ਵਰਦੀ ਚ ਉਹਦੇ ਨਾਲ ਉੱਥੇ ਕਿਸਾਨ ਆ ਗੂਆਂ ਨੂੰ ਗੋਲੀ ਮਾਰੀ ਜਾਊਗੀ ਦੋ ਚਾਰ ਨੂੰ ਉੱਥੇ ਹੁੜ ਦੰਗ ਮੱਚੂਗਾ ਦੰਗੇ ਹੋਣਗੇ ਸਿੱਖ ਵਰਸਸ ਭਾਰਤ ਫਿਰ ਦੁਬਾਰਾ ਬਣੂਗਾ ਕਿ ਇਹ ਦੇਖੋ ਇਹ ਖਾਲਸਤਾਨ ਚਾਹੁੰਦੇ ਆ ਉਹਦੇ ਚ ਪਰ ਸਰਕਾਰ ਫੇਲ ਹੋ ਗਈ ਸਰਕਾਰ 5% ਕਾਮਯਾਬ ਹੋਈ ਆ ਉਹਨੂੰ ਹੁਣ ਜਿਹੜਾ ਤੇਲ ਦੇ ਰਿਹਾ ਕੁਝ ਆਪਣੇ ਉਹ ਉੱਥੇ ਆਉਂਨਾ ਮੈਂ ਹਨਾ ਇਹ ਇਹ ਸੀ ਸਾਰੀ ਸਿਸਟਮ ਜੋ ਹੁਣ ਦੇਖ ਰਹੇ ਆ ਆਪਾਂ ਦਿਮਾਗ ਨਾਲ ਸੋਚਿਓ ਬਈ ਤੇ ਜੋ ਹੁਣ ਉਹ ਕਹਿ ਰਹੇ ਨੇ ਕਿ ਖਾਲਸਤਾਨ ਹੁਣ ਕੀ ਹੋ ਰਿਹਾ ਕੱਲ ਵੀ ਦੰਗੇ ਹੋਣ ਲੱਗੇ ਸੀ ਹਰਿਆਣੇ 'ਚ ਪਰ ਲੋਕ ਸਮਝਦਾ ਰਹੇ ਨੇ ਹੁਣ ਉਹ ਦੰਗੇ ਕਰਾਉਣ ਦੀ ਪੂਰੀ ਅੱਜ ਵੀ ਉੱਥੇ ਜਿਵੇਂ ਬੰਦੇ ਭੇਜਦੇ ਕੇ ਵਾਪਸ ਜਾਣ ਵਾਪਸ ਜਾਣ ਹੁਣ ਇਹਦੇ 'ਚ ਰੋਲ ਕਿੰਨੇ ਨਿਭਾਇਆ ਕਿਵੇਂ ਨਿਭਾਇਆ ਇਹਦੇ 'ਚ ਰੋਲ ਦੀਪ ਸਿੱਧੂ ਨੇ ਨਿਭਾਇਆ ਉਹ ਇਹਦੇ 'ਚ ਰੋਲ ਜਿਹੜੀ ਪੰਦੇਰ ਹੋਰਾਂ ਦੀ ਜਥੇਬੰਦੀਆਂ ਉਹਨਾਂ ਨੇ ਨਿਭਾਇਆ ਇੱਕ ਦਿਨ ਪਹਿਲਾਂ ਪ੍ਰੋਪਰ ਮੀਟਿੰਗ ਹੋਈ ਹੈ ਇਹ ਰਾਤ ਨੂੰ ਇਹਨਾਂ ਨੇ ਸਟੇਜ ਕੈਪਚਰ ਕੀਤੀ ਮੈਨੂੰ ਐ ਦੱਸੋ ਜਿਹੜੀ ਸਟੇਜ ਤੇ ਉਹ ਆਮ ਬੰਦੇ ਬੋਲ ਰਹੇ ਸੀ ਪਹਿਲੀ ਉਹ ਰਾਤ ਨੂੰ ਕਿ ਟਰਾਲੀਆਂ ਵੀ ਨਾਲ ਲਿਜਾਵਾਂਗੇ ਸਾਡੇ ਕੋਈ ਆਈ ਕਾਰਡ ਨਹੀਂ ਚੈੱਕ ਕਰ ਸਕਦਾ ਇਹ ਬੋ ਕਿਉਂ ਬਈ ਜੇ ਉੱਥੇ ਕੁਝ ਹੋ ਗਿਆ ਤੇ ਹੋਇਆ ਹੁਣ ਉਹ ਬੰਦੇ ਕੱਲ ਕਿਤੇ ਨਹੀਂ ਦਿਖੇ ਤੁਸੀਂ ਮੈਨੂੰ ਕੋਈ ਇੱਕ ਵੀਡੀਓ ਦਿਖਾ ਦਿਓ ਉਹਨਾਂ ਬੰਦਿਆਂ ਦੀ ਕੱਲ ਸਾਰਾ ਦਿਨ ਪ੍ਰੇਡ ਦੇ ਵਿੱਚ 26 ਤਰੀਕ ਨੂੰ ਪ੍ਰੇਡ ਦੇ ਵਿੱਚ ਦੀਪ ਸਿੱਧੂ ਕਿਤੇ ਨਹੀਂ ਸੀ ਉਹਦੀ ਸਿੱਧੀ ਐਂਟਰੀ ਲਾਲ ਕਿਲੇ ਹੁੰਦੀ ਹੈ ਉਦੋਂ ਪਹਿਲਾਂ ਹੁਣ ਜਿਹੜਾ ਦੀਪ ਸਿੱਧੂ ਕਹਿ ਰਿਹਾ ਕਿ ਮੈਂ ਕਿਵੇਂ ਇਕੱਲਾ ਉੱਕਸ ਆ ਗਿਆ ਮੈਂ ਕਿਵੇਂ ਅੱਗੇ ਲੈ ਕੇ ਲੱਗ ਗਿਆ ਉਹ ਦੱਸਦੀਆਂ ਕਿਵੇਂ ਹੋਈ ਉਹ ਕਿਉਂਕਿ ਅਸੀਂ ਵਿੱਚ ਸੀ ਉਹਦੇ ਵਿੱਚ ਕੀ ਹੋਇਆ ਜਦੋਂ ਅਸੀਂ ਤੁਰੇ ਨਾ ਪਰੇਡ ਬਹੁਤ ਚੰਗੀ ਤੁਰ ਰਹੀ ਸੀ ਸਾਡੀਆਂ ਸਨੈਪਚੈਟ ਵੀਡੀਓ ਪਈਆਂ ਤੁਸੀਂ ਦੇਖ ਸਕਦੇ ਹੋ ਇੰਟਰਵਿਊ ਪਈਆਂ ਹੁਣ ਜਿੱਥੋਂ ਜਿਹੜਾ ਆਪਣੇ ਜਥੇਬੰਦੀਆਂ ਨੇ ਰੂਟ ਸੀ ਕਿ ਉੱਥੋਂ ਯੂ ਟਰਨ ਮਾਰਨਾ ਹੈ ਉੱਥੇ ਸਰਕਾਰ ਨੇ ਬੈਰੀਕੇਟ ਲਾਏ ਬੱਸਾਂ ਲਾਈਆਂ ਬੱਸਾਂ ਹਟਾਤੀਆਂ ਤੇ ਜਿੱਥੋਂ ਮੁੜਨਾ ਸੀ ਸੋ ਮੁੜਨ ਵਾਲੇ ਪਾਸੇ ਸਰਕਾਰ ਨੇ ਬੰਦ ਕਰਤਾ ਤੇ ਉੱਥੇ ਆਪਦੇ ਏਜੰਸੀਆਂ ਦੇ ਬੰਦੇ ਘੜਤੇ ਕਿ ਜੋ ਲੋਕ ਮੁੜਨਾ ਵੀ ਚਾਣਗੇ ਮੁੜਨਾ ਦਿਓ ਤੇ ਰਿੰਗ ਰੂਡ ਖੋਲਤਾ ਉੱਥੋਂ ਰਿੰਗ ਰੂਡ ਖੋਲਤਾ ਉੱਥੇ ਅਸੀਂ ਸਟਿਲ ਰੁਕੇ ਕੁਝ ਕਾਫੀ ਹਜ਼ਾਰਾਂ ਚ ਬੰਦੇ ਅੱਗੇ ਲੰਘੇ 3-4000 ਅਸੀਂ ਕਮਰਗਰੇਵਾਲ ਮੈਂ ਉੱਥੇ ਜਥੇਬੰਦੀਆਂ ਨੂੰ ਜਿਹੜੇ ਆਗੂ ਸੰਯੁਕਤ ਮੋਰਚੇ ਨੂੰ ਪੁੱਛਿਆ ਹਰਿੰਦਰ ਨੂੰ ਭੇਜਿਆ ਸੀ ਕਿ ਪੁੱਛ ਕੇ ਆ ਯਾਰ ਨਾ ਗੋਪਾ ਮੁੜਨਾ ਕਿ ਉੱਥੇ ਮਤਲਬ ਇੰਨਾ ਤਣਾ ਦਾ ਮਾਹੌਲ ਸੀ ਕਿ ਲੋਕਾਂ ਉਥੇ ਜਨ ਜਨਸੀਆਂ ਦਾ ਕਟੋਕਟ ਹਜ਼ਾਰ ਬੰਦਾ ਕਿ ਨਹੀਂ ਰਿੰਗ ਰੋਡ ਰਿੰਗ ਰੋਡ ਜਿੱਥੇ ਦਾ ਆਗੂ ਸਾਰੇ ਉਥੇ ਸੀ ਉਹਨਾਂ ਦੀ ਚੱਲਣ ਨਹੀਂ ਦਿੱਤੀ ਦਰਸ਼ਨਪਾਲ ਵਰਗੇ ਜਿਹੜੇ ਕਹਿੰਦੇ ਨਾ ਆਗੂ ਹੈ ਨਹੀਂ ਸੀ ਉਥੇ ਸੀ ਤੇ ਉਥੇ ਪੰਦੇਰ ਜਿਪਸੀ ਦੇ ਚੜਿਆ ਉਹ ਗੱਡੀ ਤੇ ਚੜਿਆ ਅਸੀਂ ਖੁਦ ਸਾਨੂੰ ਕੰਵਰ ਗਰੇਵਲ ਦਾ ਨਾਮ ਲੈ ਕੇ ਗਰੇਵਲ ਸਾਹਿਬ ਰਿੰਗ ਰੋਡ ਰਿੰਗ ਰੂੜ ਤੇ ਜਦੋਂ ਅਸੀਂ ਉਧਰ ਉਧਰ ਨੂੰ ਮੋੜਨ ਲੱਗੇ ਫਿਰ ਮੈਂ ਕਿਹਾ ਅਸੀਂ ਡਿਸੀਜਨ ਲਿਆ ਕਿ ਨਹੀਂ ਅਸੀਂ ਲੋਕ ਨਹੀਂ ਛੱਡਣੇ ਅੱਗੇ ਲੋਕ ਲੋਕਾਂ ਨੂੰ ਕਿਤੇ ਅੱਗੋਂ ਰਿੰਗ ਰੋਡ ਤੋਂ ਮੋੜ ਲਿਆਵਾਂਗੇ ਹੁਣ ਇੱਥੇ ਵਾਪਸ ਜਾਨੇ ਤਾਂ ਅੱਗੇ ਲੋਕਾਂ ਨੂੰ ਨਾਲ ਕੁਝ ਹੋ ਗਿਆ ਉੱਥੋਂ ਅਸੀਂ ਦੋਸਤੋਂ ਗਏ ਮੈਂ ਪ੍ਰਮਾਤਮਾ ਨੂੰ ਹਾਜ਼ਰਨਾਮਾ ਜੀ ਕਹਿਣਾ ਜੇ ਕੁਝ ਵੀ ਝੂਠ ਹੋਵੇ ਇੱਕ ਬੱਚਾ ਉਹਦੀ ਸੌਂ ਖਾ ਕੇ ਕਹਿਣਾ ਮੈਂ ਠੀਕ ਆ ਉੱਥੋਂ ਗਏ ਨਾਲ ਗਏ ਜਿੱਥੇ ਅਸੀਂ ਜਾ ਰਹੇ ਸੀ ਕਿ ਅੱਗੇ ਨਾਲ ਦੇ ਨਾਲ ਗੱਲ ਹੋ ਚੁੱਕੀ ਚੋਂ ਵੀ ਅੱਗੋਂ ਰਿੰਗ ਰੋਡ ਜਿਹੜਾ ਚਲੋ ਜਿਹੜਾ ਪੰਦੇਰ ਨੇ ਦਿੱਤਾ ਉਥੋਂ ਰਿੰਗ ਰੋਡ ਤੋਂ ਮੋੜ ਲਿਆਵਾਂਗੇ ਕਿਉਂਕਿ ਦੂਜੇ ਪਾਸਿਓਂ ਪੁਲਿਸ ਨਹੀਂ ਬੰਦ ਕਰਤਾ ਸਾਰੀ ਮਲੀ ਭੋਗਤ ਸੀ ਕਿ ਕਿਸੇ ਦਾ ਵਾਸ ਨਹੀਂ ਸੀ ਚੱਲ ਰਿਹਾ ਉੱਥੇ ਜਿਹੜੇ ਪਹਿਲੇ ਜਿਹੜਾ ਬੈਰੀਕੇਟ ਤੋੜਿਆ ਤੇ ਜਿਹੜਾ ਤੋੜਿਆ ਉਹ ਤਾਂ ਖੁੱਲ ਗਿਆ ਜਿੱਥੋਂ ਮੁੜਨਾ ਸੀ ਉਹ ਬੰਦ ਕਰਤਾ ਹੁਣ ਉਸ ਤੋਂ ਬਾਅਦ ਰਿੰਗ ਰੋਡ ਜਿਹਨੂੰ ਜਾਣੇ ਆ ਜਿਹੜੇ ਰਿੰਗ ਰੋਡ ਤੋਂ ਮੋੜ ਮੁੜਨਾ ਸੀ ਉਥੋਂ ਬੈਰੀਕੇਟ ਹਲਕਾ ਜਿਹਾ ਲਾਇਆ ਜਿੱਥੋਂ ਆਪਾਂ ਦੇਖ ਰਹੇ ਆ ਅਥਰੂ ਗੈਸ ਦੇ ਗੋਲੇ ਉਦੋਂ ਤੱਕ ਸਾਡੇ ਨਾਲ ਇੱਕ ਬੰਦਾ ਚੜ ਗਿਆ ਸਾਡੀ ਗੱਡੀ ਤੇ ਚੜਿਆ ਉਹ ਕਹ ਰਿਹਾ ਵੀ ਅੱਗੇ ਕਿੱਥੇ ਜਾਣਾ ਉਹ ਕਹਿੰਦਾ ਅੱਗੇ ਜਾਣਾ ਅੱਗੇ ਨੇ ਸਾਰੇ ਥੋੜਾ ਜਦੋਂ ਅੱਗੇ ਉਹ ਮੋੜ ਲੰਘ ਜੰਨੇ ਆ ਜਿੱਥੋਂ ਮੁੜਨਾ ਸੀ ਉਦੋਂ ਬਾਅਦ ਕਹਿੰਦਾ ਲਾਲ ਕਿਲੇ ਤੇ ਪਹੁੰਚਣਾ ਲਾਲ ਕਿਲੇ ਤੇ ਸਾਡੇ ਬਾਈ ਹੋਸ਼ ੁੱਟ ਗਏ ਹੋਸ਼ ੁੱਟ ਗਏ ਕਿ ਲਾਲ ਕਿਲੇ ਤੇ ਤੇ ਉਹ ਬੰਦਾ ਸੀ ਜਿਹੜਾ ਦੀਪਰਾਂ ਦੇ ਨਾਲ ਰਹਿੰਦਾ ਸੀ ਸੁਖਪ੍ਰੀਤ ਉਦੋਂ ਕੇ ਉਹਨੇ ਪੰਧੇਰ ਨਾਲ ਗੱਲ ਕਰਾਈ ਜਿਹੜਾ ਕਹਿੰਦਾ ਨਾ ਪੰਧੇਰ ਕਹਿੰਦਾ ਲੋ ਘੋੜਾ ਮਾਰ ਕੇ ਬੈਰੀਗੇਡ ਟੁੱਟ ਗਿਆ ਪੇ ਪੰਧੇਰ ਨੇ ਪ੍ਰਮਾਤਮਾ ਦੀ ਸੋਹ ਪੰਦੇਰ ਦੀ ਗੱਲ ਹੋਈ ਪਰੰਦੇਰ ਕਹਿੰਦਾ ਲਾਲ ਕਿਲੇ ਤੇ ਆਜੋ ਆਪਣੀ ਸਰਕਾਰ ਨਾਲ ਮੀਟਿੰਗ ਚੱਲ ਰਹੀ ਹੈ ਬਿੱਲ ਅੱਜ ਰੱਦ ਹੋਣਗੇ ਪ੍ਰਮਾਤਮਨ ਮੈਨੂੰ ਯਾਰ ਬੱਚੇ ਦੀ ਸੋਂ ਕਿ ਬਿੱਲ ਤਾਂ ਰੱਦ ਹੋਣਗੇ ਲਾਲ ਕਿਲੇ ਦਾ ਜਾਓ ਸਾਡਾ ਮੱਥਾ ਠਣਕ ਗਿਆ ਕਿ ਨਹੀਂ ਲੋਕ ਮਰਵਾਉਣਗੇ ਅਸੀਂ ਕਹੇ ਨਹੀਂ ਜਾਣਾ ਨਾਲ ਦੇ ਨਾਲ ਉਦੋਂ ਕਿਨੇ ਫੋਨ ਕੱਢਿਆ ਕਿ ਆਹ ਦੇਖੋ ਆਪਣੇ ਇਹਦੇ ਲੋਕਾਂ ਨੇ ਝੰਡਾ ਚੁਲਾਤਾ ਉਥੋਂ ਪਹਿਲਾਂ ਵੀ 2 3 ਕਿਲੋਮੀਟਰ ਲਾਲ ਕਿਲੇ ਤੋਂ ਪਹਿਲਾਂ ਇੱਕ ਮੋੜ ਯੂ ਟਰਨ ਵਾਜਦਾ ਉਥੋਂ ਕਮਰ ਬੰਦਾ ਕਹਿੰਨੀ ਆਪਾਂ ਲੋਕ ਨਹੀਂ ਯਾਰ ਲੋਕ ਉੱਥੇ ਗਲਤ ਕੰਮ ਹੋਊਗਾ ਉਦੋਂ ਤੱਕ 2000 ਬੰਦਾ ਜਿਹੜਾ ਆਪਣਾ ਲਾਲ ਕਿਲੇ ਤੇ ਉਦੋਂ ਚੋਂ 1000 ਬੰਦਾ ਏਜੰਸੀਆਂ ਦਾ ਆਪਣਾ 1000 ਕਾ ਜਿਹੜੇ ਪਹੁੰਚ ਗਏ ਉਹ ਬਾਹਰ ਹੀ ਉਹ ਉਹ ਅੰਦਰ ਨਹੀਂ ਬੜੇ ਉਹ ਟਰੈਕਟਰਾਂ ਤੇ ਲਾਲ ਕਿਲੇ ਦੇ ਸਾਹਮਣੇ ਜਿਹੜੇ ਖੜੇ ਸੀ ਜਿਹੜਾ ਪਰ ਟਰੈਕਟਰ ਦੇਖ ਰਹੇ ਆ ਉਹ ਜਿਹੜੇ ਬਾਅਦ ਚ ਮੁੜ ਗਏ ਸੀ ਤੇ ਉਹਦੇ ਚ ਕੀ ਹੋਇਆ ਜਦੋਂ ਅਸੀਂ ਖੜੇ ਉੱਥੇ ਕਮਰ ਬਈ ਪੈਂਦਾ ਫਿਰ ਆਪਾਂ ਲੋਕਾਂ ਨੂੰ ਸੰਗਤ ਨੂੰ ਪੁੱਛ ਲੈਣਾ ਜੋ ਸੰਗਤ ਦਾ ਫੈਸਲਾ ਹੋਊਗਾ ਅਸੀਂ ਉੱਥੇ ਖੜੇ ਪ੍ਰੋਪਰ ਅਨਾਉਂਸਮੈਂਟ ਕੀਤੀ ਕਿ ਅਨਾਨਸਮੈਂਟ ਕੀਤੀ ਕਿ ਆਪਾਂ ਇੱਥੋਂ ਯੂ ਟਰਨ ਮਾਰੀਏ ਜੋ ਜਥੇਬੰਦੀਆਂ ਕਹਿੰਦੀਆਂ ਸੀ ਆਪਾਂ ਉਹ ਕਰੀਏ ਤੇ ਆਪਾਂ ਇੱਥੋਂ ਮੁੜੀਏ ਆਪਾਂ ਲਾਲ ਕਿਲੇ ਤੇ ਨਹੀਂ ਜਾਣਾ ਵੀ ਕੁਝ ਵੀ ਹੋ ਸਕਦਾ ਜੋ ਜਥੇਬੰਦੀਆਂ ਦਾ ਹੁਕਮ ਸੀ ਸੰਗਤ ਨੇ ਅਸੀਂ ਤਿੰਨ ਜਗਾਰੇ ਬੋਲੇ ਸੋਦੇ ਨਾਲ ਦੇ ਛੱਡੇ ਆ ਉੱਥੋਂ ਸੰਗਤ ਕਹਿੰਦੀ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਠੀਕ ਹੈ ਅਸੀਂ ਤੁਰਿਆਂ ਜਿਵੇਂ ਉੱਥੇ ਆ ਮੋੜ ਹੈ ਇੱਕ ਮੋੜ ਸਿੱਧਾ ਲਾਲ ਕਿਲੇ ਨੂੰ ਇੱਕ ਇੱਥੋਂ ਯੂ ਟਰਨ ਨੂੰ ਇੱਕ ਇੱਥੋਂ ਦੂਜੇ ਪਾਸੇ ਨੂੰ ਗਾਜ਼ੀਆਬਾਦ ਮਾਨੇਸਰ ਨੂੰ ਅੱਗੇ ਜਿਹੜਾ ਰੋਡਮੈਨ ਉੱਥੇ ਹੀ ਵੇਖ ਕੇ ਦੱਸ ਸਕਦਾ ਨਾ ਉਸ ਤੋਂ ਬਾਅਦ 2.5-3 ਕਿਲੋਮੀਟਰ ਉੱਥੋਂ ਲਾਲ ਕਿਲਾ ਥੱਲੇ ਥੱਲੇ ਜਿਹੜਾ ਰੋਡ ਨਿਕਲ ਜਾਂਦਾ ਜਦੋਂ ਇੱਥੇ ਯੂ ਟਰਨ ਆਣ ਲੱਗਦੇ ਆ ਆ ਜਿਹੜੇ ਇੱਥੋਂ ਆ ਤਿੰਨ ਰਾ ਜਾਂਦੇ ਨੇ ਇੱਕ ਇੱਕ ਇੱਥੋਂ ਐ ਇੱਕ ਆ ਇੱਕੇ ਜਦੋਂ ਅਸੀਂ ਆ ਯੂ ਟਰਨ ਇੱਥੇ ਵਾਲੇ ਮੜਾ ਜਾ ਮੋੜ ਮੁੜਦੇ ਆ ਸਾਡੇ ਨਾਲ 2.5-300 ਜਿਹੜਾ ਅੱਗੇ ਮੋਟਰਸਾਈਕਲ ਸੀ ਉਹ ਤੁਰਦਾ ਨਾਲ ਦੇ ਨਾਲ ਜਿੱਥੇ ਉੱਥੋਂ ਏਜੰਸੀਆਂ ਦੇ ਬੰਦੇ ਨਿਕਲਦੇ ਆ ਇੱਕ ਅੱਦੀ ਮੇਰੇ ਕੋਲ ਫੋਟੋ ਵੀ ਹੈ ਤੇ ਉਹ ਬੰਦਾ ਜਿਹਦੇ ਨਾਲ ਮੇਰੀ ਆਰਗੂਮੈਂਟ ਹੋਈ ਉਹ ਕਹਿੰਦਾ ਲਾਲ ਕਿਲਾ ਲਾਲ ਕਿਲਾ ਅਸੀਂ ਤੁਰ ਅਸੀਂ ਗੱਡੀ ਰੁਕੀ ਯਾਰ ਉਹਨਾਂ ਨੇ ਜਿਹੜਾ ਯੂ ਟਰਨal ਮੋੜ ਸੀ ਉਹ ਬੰਦ ਕਰਤਾ ਤੇ ਦੂਜੇ ਵੀ ਲਾਲਕੀਲੇ ਨਾਲ ਹੋਰਤਾ ਵੀ ਇੱਧਰ ਨੂੰ ਜਾਣ ਅਸੀਂ ਤਿੰਨੇ ਮੈਂ ਹਰਫ ਕਮਰ ਗਲਜਾਰੀ ਹਰਿੰਦਰ ਅਸੀਂ ਉੱਤਰ ਕੇ ਆਏ ਕਿ ਸਾਡੇ ਨਾਲ ਦੋ ਤਿੰਨ ਮਨਸਜਣ ਹੋਰ ਸੀ ਕਿ ਇੱਥੋਂ ਯਾਰ ਆਪਾਂ ਇ ਇ ਇੱਥੇ ਨਾ ਰੁਕੀਏ ਇੱਧਰ ਲਾਲਕੀਲੇ ਤੇ ਨਹੀਂ ਜਾਣਾ ਆਪਾਂ ਤੇ ਇੱਥੋਂ ਵਾਪਸ ਜਾਣਾ ਲਾਲਕੀਲੇ ਤੇ ਆਪਣਾ ਜਾਣ ਦਾ ਕੋਈ ਅਨਾਊਂਸਮੈਂਟ ਨਹੀਂ ਸੀ ਨਾ ਕੋਈ ਜਾਣਾ ਪਰ ਉੱਥੇ ਜਨਸ ਘਟੋ ਘਟ ਤਿੰਨ ਚ ਅਸੀਂ ਸਿਰਫ ਚਾਰ ਪੰਜ ਜਨਸੀਆਂ ਦੇ ਬੰਦੇ ਨਾਲ ਆਏ ਤੇ ਅਸੀਂ ਜਦੋਂ ਉਹਨਾਂ ਨੂੰ ਰਿਕੁਐਸਟ ਕੀਤੀ ਸਾਡੇ ਗਲ ਕਮਰ ਨੂੰ ਕਹਿੰਦੇ ਉੱਥੇ ਗਲਜਾਰੀ ਨਾਲ ਗੱਲ ਹੋਈ ਉਹ ਕਹਿੰਦਾ ਧੱਕੇ ਮਾਰੋ ਇਹਨੂੰ ਸਲੇ ਨੂੰ ਧੱਕੇ ਮਾਰੋ ਇਹਨੂੰ ਧੱਕੇ ਮਾਰ ਕਰ ਦਿਓ ਇਹਨੂੰ ਇਹ ਲਾਲ ਕਿਲੇ ਤੇ ਜਾਣਾ ਲਾਲ ਕਿਲੇ ਜਾਣਾ ਸਾਡੇ ਗਲ ਪੈਨ ਨੂੰ ਆਏ ਅਸੀਂ ਉੱਥੇ ਨਾਲ ਦੀ ਗੱਡੀ ਬੈਠੇ ਫਿਰ ਉਦੋਂ ਤੱਕ ਵਹਾ ਵਹਿ ਗਿਆ ਪਿੱਛੋਂ ਕਿ ਐਨੀ ਤਾਂ ਦੁਨੀਆ ਹੁੰਦੀ ਸੀ ਪਰ ਜਿਵੇਂ ਜਿਵੇਂ ਜਿਹੜੇ ਲੋਕ ਲਾਲ ਕਿਲੇ ਨੂੰ ਜਾਣੇ ਸਮਝ ਪੈ ਰਹੀ ਸੀ ਉਹ ਲੋਕ ਮੁੜਨ ਲੱਗ ਗਏ ਸੀ ਅੱਗੋਂ ਉਹ ਲਾਲ ਕਿਲੇ ਅੱਗੋਂ ਯੂ-ਟਰਨ ਲੈ ਕੇ ਵਾਪਸ ਮੁੜਨ ਲੱਗ ਗਏ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਜਥੇ ਬੰਦੀ ਨਾਲ ਗੱਲ ਹੁੰਦੀ ਹੈ ਕਿ ਪਰ ਹੁਣ ਉਸ ਤੋਂ ਬਾਅਦ ਮਸਲਾ ਵੀ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਝੰਡੇ ਚੂਲ ਗਏ ਉੱਥੇ ਆ ਚੀਜ਼ ਹੋ ਗਈ ਮਤਲਬ ਖਲਾਰਾ ਪੈ ਗਿਆ মিডিਆ ਤੇ ਚੱਲਣ ਲੱਗ ਗਿਆ ਕਿ ਖਾਲਸਾਣ ਦੀ ਕੋਸਪੈਟ ਹੋ ਗਈ ਇਹ ਹੋ ਗਿਆ ਉਹ ਹੋ ਗਿਆ ਏਜੰਸੀਆਂ ਦੇ ਬੰਦੇ ਸੀ ਆਪਣੇ ਬੰਦਿਆਂ ਨੇ ਗੇਮ ਪਲਾਨ ਕੀਤੀ ਹੈ ਉਹਦੇ ਚ ਦੀਪ ਸਿੱਧੂ ਪੰਦੇਰ ਇਹ ਸਾਰੇ ਬੰਦੇ ਸ਼ਾਮਲ ਸੀ ਹੋਰ ਸੁਣੋ ਉਦੋਂ ਕੇ ਬਈ ਸਾਡੀ ਗੱਡੀ ਤੇ ਚੜਿਆ ਹੁਣ ਇਹ ਨਹੀਂ ਪਤਾ ਉਹ ਯੂਜ਼ ਕਿਵੇਂ ਹੋਇਆ ਉਹ ਕਿਵੇਂ ਸੀ ਨਾਲ ਮਿਲੇ ਸੀ ਕਿ ਇਮੋਸ਼ਨਲੀ ਯੂਜ਼ ਹੋਇਆ ਤੇ ਵੀਰ ਸਿੰਘ ਵੀ ਸੀ ਜਦੋਂ ਅਸੀਂ ਲੋਕਾਂ ਨੂੰ ਕਿਹਾ ਕਿ ਲਾਲ ਕਿਲੇ ਵੱਲ ਨਹੀਂ ਮੁੜਨਾ ਆਪਾਂ ਵਾਪਸ ਜਾਣਾ ਜਿੱਥੇ-ਜਿੱਥੇ ਬੰਦੇ ਨੇ ਉਦੋਂ ਨਾਲ ਉਤਰ ਕੇ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਤੇ ਸਾਡੇ ਤੋਂ ਉੱਥੇ ਮਤਲਬ ਗਲਪੇ ਨੂੰ ਆਏ ਲੋਕ ਹਨ ਅਜੇ ਸਾਰੇ ਆਮ ਪਤਾ ਲੱਗ ਰਿਹਾ ਸੀ ਕਿ ਉਹ ਬੰਦੇ ਆਪਣੇ ਆਪਣੇ ਕਿਸਾਨ ਨਹੀਂ ਸੀ ਪਹਿਲੀ ਵਾਰ ਚਿਹਰੇ ਦਿਖੇ ਅਲੱਗ ਚਿਹਰੇ ਸੀ ਉਹ ਤੇ ਉਸ ਤੋਂ ਬਾਅਦ ਹੁਣੇ ਮੈਂ ਤੁਹਾਨੂੰ ਕਹਾਣੀ ਦੱਸਦਾ ਕਿਵੇਂ ਕਿਉਂ ਕਿ ਪਲਾਨ ਕੀਤੀ ਗਈ ਉਹਦੇ ਚ ਇੱਕ ਚੀਜ਼ ਸੁਣੋ ਜਿਹੜਾ ਰਿੰਗ ਰੋਡ ਸੀ ਉਹਦੇ ਤੇ ਕਿਤੇ ਵੀ ਪੁਲਿਸ ਨਹੀਂ ਸੀ ਦੂਜੇ ਪਾਸੇ ਤਾਂ ਜਿਹੜੇ ਤਿੰਨ ਰੂਟ ਨੇ ਉਹਦੇ ਤਾਂ ਜੋੜਾ ਵੀ ਕੋਈ ਮੈਰੀਕਟ ਨੂੰ ਮਾਰੀ ਜਿ ਕੋ ਲਤਨ ਨੂੰ ਮਾਰਦਾ ਸੀ ਡੰਡੇ ਮਾਰਦੀ ਸੀ ਪੁਲਿਸ ਪਰ ਰਿੰਗ ਰੋਡ ਦੇ ਉੱਤੇ ਇੱਕ ਥਾਂ ਤੇ ਸਿਰ ਪਹਿਲੇ ਨੱਕ ਤੋਂ ਬਾਅਦ ਇੱਕ ਥਾਂ ਤੇ ਨਾਕਾ ਸੀ ਉਹ ਵੀ ਉੱਤੇ ਜਿਵੇਂ ਲੋਕ ਤੁਰਨ ਵਾਲੀ ਜਿਹੜੀ ਉਹ ਸੜਕ ਹੁੰਦੀ ਆ ਕ੍ਰੋਸਿੰਗ ਉਹ ਵੀ মিডিਆ ਨੂੰ ਦੇਣ ਲਈ ਵੀ ਮਸਾਲਾ ਦੇਣ ਲਈ ਵੀ ਆ ਦੇਖੋ ਉੱਤੇ ਸਿਰਫ ਤੇ ਹਲਕੇ ਜਿਹੇ ਬੈਰੀਕਡ ਦੋ ਟਿਪਰ ਲਾਏ ਉਹ ਲੋਕਾਂ ਨੇ ਟਾਈਮ ਨਾਲ ਤੋੜ ਤੇ ਅੱਗੇ ਲੋੜ ਸੀ ਕੋਧ ਫੋਨ ਤੇ ਭੰਦੇਰ ਨੇ ਕਿਹਾ ਕਿ ਦਿੱਲੀ ਲਾਲ ਕਿਲੇ ਚ ਜਾਣਾ ਇਹਨਾਂ ਨੂੰ ਸਭ ਪਲਾਨ ਸੀ ਇਹ ਨਾਲ ਮਿਲ ਕੇ ਆਪਾਂ ਨੂੰ ਬਦਨਾਮ ਕਰਨ ਲਈ ਮੋਰਚਾ ਫੇਲ ਕਰਨ ਲਈ ਕਿ ਉੱਥੇ ਚ ਆਉਣਗੇ ਜਦੋਂ ਆਗੂ ਆਉਣਗੇ ਲੋਕਾਂ ਨੂੰ ਆਪਸ ਚ ਲੜਾ ਕੇ ਤੇ ਖਾਲਸਤਾਨ ਬਣਾ ਦਾ ਕਿ ਇਹ ਤਾਂ ਖਾਲਸਤਾਨੀ ਨੇ ਇਹ ਚੀਜ਼ ਕਰਕੇ ਲੋਕ ਸਾਰੇ ਵਿਰੋਧ ਚ ਹੋ ਜਾਣਗੇ ਤੇ ਕੱਲ ਨੂੰ ਉੱਥੇ ਖੇਰੂ ਖੇਰੂ ਹੋ ਜਾਊਗਾ ਸਾਨੂੰ ਵੀ ਗੋਲੀ ਵੱਜ ਸਕਦੀ ਸੀ ਕਿਸੇ ਨੂੰ ਵੀ ਐਡਾ ਵੱਡਾ ਇਹ ਮਤਲਬ ਬ੍ਰਾਂਡਰ ਸੀਗਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿਉਂ ਸਿਸਟਮ ਸਾਰਾ ਦੀਪ ਸੱਧੂ ਦੇ ਜਿਹੜਾ ਕਹਿੰਦੇ ਨੇ ਕਿ RSS ਦਾ ਬੰਦਾ ਹੈਗਾ ਹੁਣ ਇਹ ਤਾਂ ਗੱਲ ਹੋ ਗਈ ਕੱਲ ਦੀ ਸਾਰੀ ਕਿ ਕਿਉਂ ਕੀਤਾ ਗਿਆ ਕਿਉਂ ਰੂਟ ਬਦਲਿਆ ਕਿ ਬੰਦੇ ਨਹੀਂ ਸੀ ਮਰੌਣੇ ਆਪਾਂ ਬਿੱਲ ਰੱਦ ਕਰਾਉਣਾ ਸੀ ਆਪਾਂ ਜਨ ਸ਼ਕਤੀ ਦਿਖਾਉਣੀ ਸੀ ਤੇ ਉਸ ਤੋਂ ਬਾਅਦ ਸਰਕਾਰ ਤੇ ਪ੍ਰੈਸ਼ਰ ਪੈਣਾ ਸੀ ਹੁਣ ਅੱਜ ਤੁਸੀਂ ਆਹ ਲਾ ਲਓ 24 ਤਰੀਕ ਤੋਂ 4 ਦਿਨ ਰੂਟ 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 ਚੱਲੀ ਗਿਆ ਬਿੱਲਾਂ ਵਾਲਾ ਮਸਲਾ ਖਤਮ ਹੁਣ ਕੀ ਚੱਲ ਰਿਹਾ ਲਾਲ ਖਾਲਸਤਾਨ ਲਾਲ ਕਿਲਾ ਚੰਗਾ ਕੀਤਾ ਮਾੜਾ ਕੀਤਾ ਝੰਡਾ ਚਲਉਤਾ ਚੰਗਾ ਕੀਤਾ ਮਾੜਾ ਕੀਤਾ ਮੈਨੂੰ ਐਂ ਦੱਸੋ ਝੰਡੇ ਖਾਲਸੇ ਦੇ ਕਦੋਂ ਝੂਲਦੇ ਆ ਜਦੋਂ ਸਾਡੀ ਜਿੱਤ ਹੁੰਦੀ ਹੈ ਕੀ ਉਹ ਝੰਡਾ ਝੂਲ ਕੇ ਸਾਡੀ ਜਿੱਤ ਹੋ ਗਈ ਜਿਹੜੇ ਕਹਿੰਦੇ ਨਾ ਚੰਗਾ ਜਿਹੜੇ ਕਹਿੰਦੇ ਨਾ ਚੰਗਾ ਹੋਇਆ ਖਾਲਸਾ ਇਸ ਦਾ ਸਾਡੀ ਤਾਂ ਜਿੱਤ ਹੋਊਗੀ ਝੰਡੇ ਟੰਗੇ ਨਹੀਂ ਜਾਂਦੇ ਗੁਰੂ ਦੇ ਖਾਲਸੇ ਦੇ ਝੰਡੇ ਫੈਰਾਏ ਜਾਂਦੇ ਆ ਜਿੱਤ ਦੇ ਨਿਸ਼ਾਨ ਲਾਏ ਜਾਂਦੇ ਆ ਕਿ ਉਹ ਝੰਡਾ ਜਿੰਨਾ ਟਾਈਮ ਉਹ ਝੰਡਾ ਟੰਗਿਆ ਰਿਹਾ ਇੰਨਾ ਇਨੇ ਟਾਈਮ ਤੱਕ ਕੁੰਡੀ ਲਾਉਣਦੇ ਆ ਕੁੰਡੀ ਨਹੀਂ ਲਾਉਣਦੇ ਨੇ ਬਿਜਲੀ ਵਾਲੇ ਕੁੰਡੀ ਲੱਥ ਜਾਂਦੀ ਹੈ ਤੇ ਫਿਰ ਦੱਸੋ ਦੀਪ ਸਿੱਧੂ ਦੀ ਐਂਟਰੀ ਸਵੇਰੇ ਉਹ ਖੜਾ ਹੈ ਜਿਹੜੇ ਲਾਲ ਕਿਲੇ ਦੇ ਵਿੱਚ ਚਿੜੀ ਫਰ ਨਹੀਂ ਮਾਰਦੀ ਚਿੜੀ ਆਮ ਰੁਟੀਨ 'ਚ ਚਿੜੀ ਫਰ ਨਹੀਂ ਮਾਰਨ ਦਿੱਦੀ ਤੇ 26 ਜਨਵਰੀ ਦੇ ਦਿਨ ਦੀਪ ਸਿੱਧੂ ਉਹ ਤੇ ਉੱਥੇ ਕਿਵੇਂ ਪਹੁੰਚ ਗਿਆ ਤੇ ਉਹ 100 200 ਪਿੰਦਾ ਬੰਦਾ ਕਿਵੇਂ ਪਹੁੰਚ ਗਿਆ ਉੱਥੇ ਪੁਲਿਸ ਦੀ ਵੀਡੀਓ ਪੁਲਿਸ ਆਮ ਫੇਰਦੀ ਪੁਲਿਸ ਨੇ ਰੋਕਣ ਦੀ ਜਦੋਂ ਆਖਰ ਨੂੰ ਦੀਪ ਦੀ ਧੁੱਕਾ ਮੁੱਕੀ ਤਾਂ ਹੋਈ ਹੋਊਗੀ ਲਾਲ ਕਿਲੇ ਦੇ ਉੱਤੇ ਚੜਨ ਦੀ ਤੋਂ ਤੱਕामुਕੀ ਦੀ ਵੀਡੀਓ ਕੋਈ ਦੇਖੀ ਹੈ ਕਿਸੇ ਨੇ ਫਿਰ ਉਹ ਆਪਾਂ ਨੂੰ ਤਾਂ ਮੰਗਿਆ ਕੋਈ ਸਾਈਕਲ ਨਹੀਂ ਦਿੰਦਾ ਦੀਪ ਸਿੱਧੂ ਨੂੰ ਮੋਟਰਸਾਈਕਲ ਕਿਹਨੇ ਦੇਤਾ ਸਭ ਪਲਾਨ ਸੀ ਕਿ ਇੱਥੋਂ ਨਿਕਲੂਗਾ ਇੱਥੇ ਆ ਸਪੀਚ ਬੋਲੂਗਾ ਉਹਨੇ ਕੱਲ 2 26 ਤਰੀਕ ਨੂੰ ਦੋ 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 ਮਿੰਟ ਦੀਆਂ ਲਾਈਵ ਪਾਇਆ ਇੱਕ ਲਾਈਵ ਉਹ ਡਿਲੀਟ ਕਰ ਗਿਆ ਡਿਲੀਟ ਕਰ ਗਿਆ ਉਹਦਾ ਸਕਰੀਨਸ਼ਾਟ ਪਿਆ ਮੇਰੇ ਕੋਲ ਪਰ ਉਦੋਂ ਜਦੋਂ ਤੱਕ ਰਿਕਾਰਡਿੰਗ ਲਾਣੀ ਸੀ ਉਦੋਂ ਤੱਕ ਡਿਲੀਟ ਕਰ ਗਿਆ ਉਹ ਹਨਾ ਕਿ ਕਿਉਂਕਿ ਉਹਦੇ ਤੇ ਫਿਰ ਉਫਾਸਤਾ ਸੀਗਾ ਪਤਾ ਲੱਗਦਾ ਸੀਗਾ ਇੱਕ ਪਿਆ ਇੱਕ ਡਿਲੀਟ ਕਰ ਗਿਆ ਉਹ ਉੱਥੋਂ ਭੱਜਦਾ ਜੇ ਉਹ ਸੱਚਾ ਸੀ ਜੋ ਸੱਚਾ ਸੀ ਤੋ ਖੜਦਾ ਫਿਰ ਉੱਥੇ ਉੱਥੇ ਖੜਦਾ ਮੇਰੀ ਗੱਲ ਸੁਣੋ ਝੰਡੇ ਇਹ ਜੰਗਾਂ ਅੱਜ ਦੇ ਨਵੇਂ ਤਰੀਕੇ ਦੀ ਜੰਗਾਂ ਅੱਜ ਲੜਾਈ ਸੰਵਾਦ ਦੀ ਲੜਾਈ ਆ ਗੱਲਬਾਤ ਟੇਬਲ ਟਾਕ ਦੀ ਲੜਾਈ ਆ ਜਿਹੜੇ ਲੋਕ ਕਹਿੰਦੇ ਨੇ ਝੰਡੇ ਪਹਿਲਾਂ ਚੂਲੇ ਪਹਿਲਾਂ ਕਿਵੇਂ ਲੜਾਈਆਂ ਹੁੰਦੀਆਂ ਸੀ ਪਹਿਲਾਂ ਜੰਗਾਂ ਲੜੀਆਂ ਜਾਂਦੀਆਂ ਸੀ ਰਾਜਿਆਂ ਦੀਆਂ ਜੰਗਾਂ ਹੁੰਦੀਆਂ ਸੀ ਹਨਾ ਕਿ ਉਹਦੇ ਚ ਕੀ ਹੁੰਦਾ ਸੀ ਜਦੋਂ ਆਪਾਂ ਲੱਖਾਂ ਬੰਦਾ ਇੱਕ ਰਾਜੇ ਨੇ ਦੂਜੇ ਰਾਜੇ ਦਾ ਮਾਰਤਾ ਜਿਹੜੇ ਕਿਲੇ ਦੇ ਵਿੱਚ ਰਾਜਾ ਰਹਿੰਦਾ ਸੀ ਉਹ ਕਿਲਾ ਫਤਿਹ ਕਰ ਲਿਆ ਉਥੋਂ ਕਿਲੇ ਚ ਉਹ ਰਾਜੇ ਨੂੰ ਮਾਰ ਦਿੱਤਾ ਜਾਂਦਾ ਜਾਂ ਬਾਹਰ ਕੱਢ ਦਿੱਤਾ ਜਾਂਦਾ ਤੇ ਉਸ ਰਿਆਸਤ ਦੇ ਅੰਦਰ ਜਿਹੜੀ ਸੰਗਤ ਹੁੰਦੀ ਸੀ ਜਿਹੜੀ ਦੁਨੀਆ ਹੁੰਦੀ ਸੀ ਉਹ ਨਵੇਂ ਉਹ ਜਿਹੜਾ ਬੰਦਾ ਕਿਲਾ ਜਿੱਤਦਾ ਸੀ ਉਹਨੂੰ ਰਾਜਾ ਮੰਨ ਲੈਂਦੀ ਸੀ ਉਹਦੀ ਗੁਲਾਮ ਹੋ ਜਾਂਦੀ ਸੀ ਕੀ ਆਪਣਾ ਇਸ ਝੰਡੇ ਚੁਲਾਉਣ ਨਾਲ ਇਦਾਂ ਹੋਇਆ ਆਪਣਾ 10 ਮਿੰਟ ਝੰਡਾ ਨਹੀਂ ਚੁਲਾਇਆ ਗਿਆ ਤੇ ਦੁਨੀਆ ਚ ਅੱਗ ਲੱਗ ਗਈ ਕੀ ਇਸ ਜੇ ਅੱਗ ਲੱਗੇ ਰੱਬ ਸੁੱਖ ਰੱਖੇ ਹਾਲੇ ਇਦੇ ਨਾਲ ਖਾਲਸਤਾਨ ਦਾ ਮੁੱਦਾ ਸਿੱਖਾਂ ਦਾ ਤੇ ਬਾਕੀ ਦੇਸ਼ ਦਾ ਮੁੱਦਾ ਬਣਾ ਕੇ ਜਿਹੜੇ ਪੰਜਾਬ ਤੋਂ ਬਾਹਰ ਮਹਾਰਾਸ਼ਟਰ ਯੂਪੀ ਸਿੱਖ ਰਹਿੰਦੇ ਆ ਕਿ ਆਪਾਂ ਉਹ ਮਰਵਾ ਦੇਣੇ ਸੀ ਜਿਹੜੇ ਕਹਿੰਦੇ ਨਾ ਜੱਥੇਬੰਦੀਆਂ ਨੇ ਰੂਟ ਕਿਉਂ ਬਦਲਿਆ ਉਹ ਪੁੱਤ ਮਰਵਾ ਦੇਣੇ ਸੀ ਆਪਾਂ ਉਹ ਪੁੱਤ ਮਰਵਾ ਦੇਣੇ ਸੀ ਜੇ ਲਾਲ ਕਿਲੇ ਤੇ ਝੰਡਾ ਚੜਾਇਆ ਸੀ ਫਿਰ ਉੱਥੇ ਖੜਨਾ ਸੀ ਤਾਂ ਅਗਲੀ ਸਵੇਰ ਨੂੰ ਸਾਡਾ ਰਾਜ ਹੁੰਦਾ ਤੇ ਅਸੀਂ ਬਿੱਲ ਰੱਦ ਕਰਾਉਂਦੇ ਤੇ ਇਸ ਦੁਨੀਆ ਨੂੰ ਅਸੀਂ ਆਪਣੇ ਤਰੀਕੇ ਨਾਲ ਚਲਾਉਂਦੇ ਕਿ ਇਦਾਂ ਹੋਇਆ ਇਦਾਂ ਨਹੀਂ ਹੋਇਆ ਸਿਰਫ ਉੱਥੇ ਜਲੂਸ ਕੱਢਿਆ ਸੀ ਆਪਣਾ ਆਪਣੀ ਇਨਸਲਟ ਕਰਾਈ ਆ ਜਦੋਂ ਅਸੀਂ ਬਿੱਲ ਰੱਦ ਕਰਾ ਦਾਂਗੇ ਖਾਲਸੇ ਦੇ ਨਿਸ਼ਾਨ ਤਾਂ ਕੁਦਰਤੀ ਆਪਣੇ ਆਪ ਝੁੱਲੇ ਜਾਣਿਆ ਕਿ ਪੰਜਾਬ ਨੇ ਅਗਵਾਈ ਕੀਤੀ ਬਿੱਲ ਰੱਦ ਹੋਏ ਕਿ ਸਾਡੇ ਚ ਨਿਸ਼ਾਨ ਨਹੀਂ ਝੁੱਲੇ ਜਾਣਗੇ ਕਿ ਸਾਡੀ ਦੁਨੀਆ ਤੇ ਜਿੱਤ ਨਹੀਂ ਹੋਊਗੀ ਹੁਣ ਇਹ ਕਿਰਾਇਆ ਕਿਉਂ ਗਿਆ ਇਹਦੇ ਨਾਲ ਇੱਕ ਤਾਂ ਸਾਨੂੰ ਖਾਲਿਸਤਾਨ ਬਣਾ ਕੇ ਜਿਹੜੀ ਸਾਨੂੰ ਇੰਟਰਨੈਸ਼ਨਲੀ ਲਾਲ ਕਿਲੇ ਹੀ ਕਿਉਂ ਚੁਣਿਆ ਗਿਆ ਉਹ ਦੱਸਦਾ ਜਿਵੇਂ ਵਾਈਟ ਹਾਊਸ ਦੀ ਬਹੁਤ ਐਮੀਤੀ ਹੈਵੇਂ ਆਪਣੇ ਦੇਸ਼ ਚ ਲਾਲ ਕਿਲੇ ਦੀ ਬਹੁਤ ਐਮੀਤੀ ਆ 15 ਅਗਸਤ 26 ਜਨਵਰੀ ਆਪਾਂ ਉੱਥੇ ਮਨਾਉਨੇ ਆ ਹੁਣ ਦੱਸੋ ਹੁਣ ਇਹਦੇ ਨਾਲ ਕੀ ਹੋਇਆ ਜਿਹੜੀ ਲਾਲ ਕਿਲੇ ਤੇ ਜਾਨ ਨਾਲ ਉਹ ਗੱਲ ਜਿਹੜੀ ਪ੍ਰਚਾਰੀ ਗਈ ਹੈ ਖਾਲਸਤਾਨੀ ਸੀ ਉਹਦੇ ਨਾਲ ਜਿਹੜੀ ਸਾਨੂੰ ਇੰਟਰਨੈਸ਼ਨਲੀ ਸਪੋਰਟ ਮਿਲ ਰਹੀ ਸੀ ਬਾਹਰ ਲੀਆਂ ਕੰਟਰੀਆਂ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਸਪੋਰਟ ਦੇ ਰਹੇ ਸੀ ਹੁਣ ਦੇਸ਼ ਦੀ ਨੈਸ਼ਨਲ ਸਕਿਉਰਿਟੀ ਦਾ ਬੁੰਦਾ ਬਣਾ ਕੇ ਲਾਲ ਕਿਲੇ ਨੂੰ ਉਹ ਸਾਡੀ ਸਪੋਰਟ ਬੰਦ ਹੋ ਗਈ 1000 ਤੋਂ ਉੱਤੇ মিডিਆ ਵਾਲੇ ਬਾਹਰੋਂ ਲੋਕ ਆਏ ਸੀ ਅਲ ਜਜ਼ੀਰਾ ਬੀਬੀਸੀ ਵਰਗੇ ਆਏ ਸੀ ਉਹ ਰਿਪੋਰਟ ਹੁਣ ਕਿਵੇਂ ਸਾਡੇ ਪੱਖ ਦੀ ਦੇ ਸਕਦੇ ਆ ਤੇ ਬਾਹਰਲੇ ਕਿਵੇਂ ਰਿਪੋਰਟ ਕਰਨਗੇ ਕਿਉਂਕਿ মিডিਆ ਨੇ ਇਹ ਕਿਉਂ ਚਾਲ ਸੀ ਕਿ ਇਹ ਵੱਖਵਾਦੀ ਬਣਾ ਕੇ ਇੰਟਰਨੈਸ਼ਨਲ ਇਸਪੋਰਟ ਯੂਨ ਨੋ ਤੱਕ ਗੱਲ ਕਿਸਾਨਾਂ ਦੀ ਨਾ ਜਾਵੇ ਤਾਂ ਇਸੀ ਬਿੱਲ ਤਾਂ ਜੋ ਬਿੱਲ ਰੱਦ ਨਾ ਕਰਨੇ ਪੈਣ ਸਰਕਾਰ ਨੇ ਐਡੀ ਵੱਡੀ ਚਾਲ ਚੱਲੀ ਦੀਪ ਸ ਦੋਨੋਂ ਕਿਵੇਂ ਵਰਤੇ ਆ ਮੈਂ ਹੁਣ ਉੱਥੇ ਆਉਣਾ ਇਹ ਤਾਂ ਸੀ ਨਾ ਕਿ ਆਪਾਂ ਕੀ ਆਪਣੀ ਜਿੱਤ ਹੋਊਗੀ ਕਿ ਉਹ ਝੰਡੇ ਨਾਲ ਆਪਣੇ ਬਿੱਲ ਰੱਦ ਹੋਗੇ ਬਿੱਲ ਵਾਲਾ ਤਾਂ ਮਸਲਾ ਹੀ ਆਪਾਂ ਖਤਮ ਕਰਤਾ ਮੇਰੀ ਬਾਹਰਲੇ ਭਰਾਵਾਂ ਨੂੰ ਬੇਨਤੀ ਆ ਬੇਨਤੀ ਆ ਹੁਣ ਤੱਤੇ ਤੱਤੇ ਬਿਆਨ ਦੇ ਕੇ ਇੱਥੇ ਮੁੰਡੇ ਨਾ ਮਰਵਾ ਦਿਓ ਮੈਂ ਇਹ ਬਾਅਦ ਚ ਗੱਲ ਕਰੂੰਗਾ ਪਹਿਲਾਂ ਦੀਪ ਦੀ ਦੀਪ ਦੀ ਗੱਲ ਕਰਦਾ ਮੈਂ ਹੁਣ ਮੇਰਾ ਵੀਡੀਓ ਲੰਮਾ ਹੋ ਜਾਊਗਾ ਪਰ ਯਾਰ ਬਹੁਤ ਵਾਰ-ਵਾਰ ਗੱਲਾਂ ਨਹੀਂ ਹੋਣੀਆਂ ਇਹ ਅੱਜ ਅਸੀਂ ਇਹ ਜਿਹੜਾ ਕਿਸਾਨੀ ਮੋਰਚੇ ਤੋਂ ਜੁੜੇ ਮੈਂ 15 ਸਤੰਬਰ ਤੋਂ ਜੁੜਿਆ 25 ਸਤੰਬਰ ਨੂੰ ਦੀਪ ਸਿੱਧੂ ਨਾਲ ਅਸੀਂ ਕਲਾਕਾਰਾਂ ਨੇ ਅੱਗੇ ਲਾਇਆ ਦੀਪ ਸਿੱਧੂ ਨਾਲ ਸ਼ੰਭੂ ਬਾਰਡਰ ਤੇ ਗਏ ਉੱਥੋਂ ਅਸਲੀ ਤਾਂ ਕੰਮ ਉੱਥੋਂ ਚੱਲਿਆ ਨਾ ਬਾਤ ਕਿਸਾਨਾਂ ਨਾਲ ਜਦੋਂ ਆਮ ਜਨਤਾ ਵੀ ਜੁੜੀ ਆ ਯੂਨੀਅਨ ਨਾਲ ਜੁੜੀ ਆ ਕਿ ਆਪਾਂ ਯਾਰ ਬਿੱਲ ਰੱਦ ਕਰਾਉਣੇ ਆ ਉਦੋਂ ਬਾਅਦ ਉਹ 25 ਸਤੰਬਰ ਤੋਂ ਬਾਅਦ 29 ਸਤੰਬਰ ਨੂੰ ਸਾਡੀ ਪਹਿਲੀ ਮੀਟਿੰਗ ਹੁੰਦੀ ਆ ਕਿਸਾਨ ਜਥੇਬੰਦੀਆਂ ਤੇ ਕਲਾਕਾਰਾਂ ਦੀ ਕਲਾਕਾਰਾਂ ਦੇ ਵਿੱਚ ਲੱਖਾ ਸਦਨ ਤੇ ਦੀਪ ਨੂੰ ਲੀਡ ਦਿੰਨੇ ਆਂ ਦੀਪ ਉਥੇ ਟੇਬਲ ਤੇ ਲੀਡ ਕਰਦਾ ਅਸੀਂ ਸਾਰੇ ਕਲਾਕਾਰ ਜਸ ਬਾਜਵਾ ਮੈਂ ਕਮਰ ਗਰੇ ਵਾਲਾ ਹਰਚੂ ਮਾਰ ਪੰਦਰਹਾਂਡਾ ਹੋਰ ਕਿੰਨੇ ਕਲਾਕਾਰ ਹਨ ਲੱਖਾ ਵੀ ਅਜਿਹਾ ਕਲਾਕਾਰ ਹਨ ਉਹਨਾਂ ਆਇਆ ਸਾਡੇ ਨਾਲ ਵਧੀਆ ਗੱਲਬਾਤ ਕਰਦਾ ਜੱਥੇਬੰਦੀਆਂ ਨਾਲ ਵਧੀਆ ਗੱਲਬਾਤ ਕਰਦਾ ਜੱਥੇਬੰਦੀਆਂ ਉੱਠ ਕੇ ਜਾਂਦੀਆਂ ਨੇ ਨਾਲ ਦੀ ਨਾਲ ਕਹਿੰਦਾ ਜੱਥੇਬੰਦੀਆਂ ਦਾ ਚੋਰ ਨੇ ਆਪਾਂ ਤਾਂ ਇਕੱਲੇ ਜਾਵਾਂਗੇ ਮੈਂ ਤਾਂ ਸ਼ੰਭੂ ਕੱਲਾ ਬੈਠੂਗਾ ਪਹਿਲ ਉਸੇ ਦੇਣੀ ਕਿ ਮੈਂ ਨਹੀਂ ਇਹਨਾਂ ਨਾਲ ਰਹਿੰਦਾ ਉਦੋਂ ਬਾਅਦ ਅਸੀਂ ਇਹਦੇ ਤੋਂ ਦੂਰ ਹੋ ਗਏ ਕਿ ਯਾਰ ਜਥੇਬੰਦੀਆਂ ਨਾਲ ਜੁਗਾਨ ਕੀਤੀ ਆ ਹਾਲੇ ਆਪਾਂ ਤਾਂ ਇਹਨਾਂ ਦਾ ਕੁਝ ਵੇਖਿਆ ਨਹੀਂ ਆਪਾਂ ਕਿਵੇਂ ਚੋਰ ਕਹਿ ਸਕਦੇ ਆ ਉਦੋਂ ਬਾਅਦ ਬਈ ਅਸੀਂ ਇਹਦੇ ਨਾਲ ਫੇਰ ਵੀ ਮੈਂ ਮਿਲਿਆ ਉਦੋਂ ਬਾਅਦ ਇਹ ਤਾਂ ਨਹੀਂ ਮਿਲੇ ਇਹਦੇ ਨਾਲ ਸ਼ੰਭੂ ਦੇ ਨਾਲ ਹੋਟਲ ਹੈ ਹਰਪ੍ਰੀਤ ਦੇਵਗਾਨ ਨੇ ਇਹਦਾ ਪ੍ਰੋਡਿਊਸਰ ਆ ਉਹ ਇਹਦੇ ਨਾਲ ਰਹਿੰਦਾ ਉਹਦੇ ਨਾਲ ਮੈਂ ਮਿਲਿਆ ਕਿ ਨਹੀਂ ਯਾਰ ਆਪਾਂ ਬਈ ਨਾਲ ਰਹੀਏ ਜਾਂ ਕੀ ਕੀ ਕਰਨਾ ਹੈ ਪ੍ਰੋਗਰਾਮ ਉਦੋਂ ਦੋ ਦੋ ਦਿਨਾਂ ਬਾਅਦ ਉਹਦੇ ਜਿੱਥੇ ਸ਼ੰਭੂ ਬੜਾ ਉੱਥੋਂ 4-5 ਕਿਲੋਮੀਟਰ ਹੀ ਹਰਪ੍ਰੀਤ ਦਾ ਲਿੰਕ ਰੋਡ ਤੱਕ ਹੋਟਲ ਹੈ ਉੱਥੇ ਹਰਪ੍ਰੀਤ ਦੇਵਗਨ ਨੇ ਦੀਪ ਸਿੱਧੂ ਨਾਲ ਉੱਥੇ মিডিਆ ਉੱਥੇ ਮੈਨੂੰ ਕਹਿੰਦਾ ਕਿ ਆਪਾਂ ਨਵੀਂ ਪਾਰਟੀ ਤੇ ਜਿੱਤੇ ਰ ਖੜੀ ਕਰਾਂਗੇ ਇੱਥੋਂ ਆਹ ਚੈਨਲ ਆਪਣੇ ਨਾਲ ਨੇ ਆਹ ਬੰਦੇ ਆਪਣੇ ਨਾਲ ਨੇ ਉਹ ਬੰਦੇ ਜਿਹੜੇ ਬਾਅਦ ਚ ਇਹਨੂੰ ਉਹ ਵੀ ਛੱਡ ਗਏ ਇਹਨਾਂ ਨੇ ਮੈਨੂੰ ਮੈਨੂੰ ਮੇਰੇ ਬੱਚੇ ਦੀ ਸੌ ਮੇਰੇ ਬੱਚੇ ਦੀ ਸੌ ਮੈਨੂੰ ਜਿਦੀ ਮਰਜ਼ੀ ਸੌਂ ਜਿਹੜੇ ਮਰਜ਼ੀ ਗੁਰਦੁਆਰੇ ਚ ਕਿ ਆਪਾਂ ਫਰੰਟ ਬਣਾਵਾਂਗੇ ਤੇ ਆਪਾਂ ਦਾ ਬਸ ਚੱਕ ਦਾਂਗੇ ਫੱਟੇ ਹੁਣ ਉਸ ਤੋਂ ਬਾਅਦ ਮੇਰੇ ਮੈਂ ਮੈਂ ਵੀ ਦੂਰ ਹੋ ਗਿਆ ਮੈਂ ਨਹੀਂ ਉਸ ਤੋਂ ਬਾਅਦ ਮਿਲਿਆ ਕਿ ਇਹਦੀ ਤਰ੍ਹਾਂ ਗਲਤ ਚੱਲਣਾ ਅਸੀਂ ਬੋਲੇ ਕਿਉਂ ਨਹੀਂ ਸੀ ਕਿ ਨਹੀਂ ਯਾਰ ਆਪੇ ਲੋਕਾਂ ਨੂੰ ਸਮਝ ਆ ਜੂਗੀ ਲੋਕਾਂ ਨੂੰ ਹੁਣੇ ਦੱਸੋ ਇਹ ਉੱਥੇ ਸ਼ੰਭੂ ਕਿਉਂ ਬੈਠਾ ਇਹ ਜੇ ਨੇ ਇਹ ਕਹੀ ਗੱਲ ਕਰਦਾ ਸੀ ਬਿੱਲਾਂ ਦੀ ਤਾਂ ਗੱਲ ਹੀ ਨਹੀਂ ਸੀ ਕਰਦਾ ਇਹਦੀਆਂ ਕੋਈ ਵਰਜੀ ਵੀਡੀਓ ਕੱਢ ਲਓ ਆਪਾਂ ਤਾਂ ਆਪਣਾ ਵੱਖਰਾ ਰਾਜ ਇਹ ਉਹ ਹੋਰ ਗੱਲਾਂ ਕਰਦਾ ਸੀ ਕਿਉਂ ਕਰਦਾ ਸੀ ਇੱਕ ਗੱਲ ਯਾਦ ਰੱਖ ਲਿਓ ਦੋਸਤੋ ਆਰਐਸਐਸ ਦਾ ਬੰਦਾ ਕਿਉਂ ਕਨੇਆ ਸੀ ਆਰਐਸਐਸ ਜਿਹੜੇ ਕਹਿੰਦੇ ਨਾ ਇਹ ਤਾਂ ਕਹਿੰਦਾ ਯਾਰ ਮੈਂ ਆਰਐਸਐਸ ਦਾ ਬੰਦਾ ਨਹੀਂ ਇਹ ਤਾਂ ਗੱਲ ਸਿੱਖੀ ਦੀ ਕਰਦਾ ਆਰਐਸਐਸ ਦਾ ਕਿਵੇਂ ਹੋ ਸਕਦਾ ਆਰਐਸਐਸ ਕਿਵੇਂ ਲੜਦੀ ਆ ਆਰਐਸਐਸ ਕਿਵੇਂ ਲੜਦੀ ਆ ਆਰਐਸਐਸ ਕਦੇ ਆ ਮਰਦਾਂ ਵਾਂਗੂ ਆਪਣੇ ਵਾਂਗੂ ਲੜਾਈ ਨਹੀਂ ਲੜਦੀ ਸਾਹਮਣੇ ਸਾਹਮਣੇ ਦੀ ਲੜਾਈ ਨਹੀਂ ਲੜਦੀ ਆਰਐਸਐਸ ਜਿੰਮੇ ਦਾ ਦੁਸ਼ਮਣ ਉਹ ਦੁਸ਼ਮਣ ਓਵੇਂ ਦੀ ਬਣ ਕੇ ਦੁਸ਼ਮਣ ਦੇ ਵਿੱਚ ਆਉਂਦੀ ਹੈ ਦੁਸ਼ਮਣ ਨੂੰ ਥੱਲਿਓਂ ਵੱਢਣਾ ਸ਼ੁਰੂ ਕਰਦੀ ਹੈ ਪਿੱਠ 'ਚ ਛੁਰੇ ਮਾਰਨਾ ਸ਼ੁਰੂ ਕਰਦੀ ਹੈ ਇਨੇ ਸਾਡੇ ਇਮੋਸ਼ਨ ਨਾਲ ਖੇਡਿਆ ਸਾਡੀਆਂ ਸਿੱਖੀ ਦੀਆਂ ਗੱਲਾਂ ਕਰਕੇ ਸੰਤਾਂ ਦੀ ਗੱਲ ਕਰਕੇ ਕਿ ਯਾਰ ਇਹ ਤਾਂ ਸਾਡਾ ਬੰਦਾ ਹੈ ਹੁਣ ਏਵੇਂ ਸਾਨੂੰ ਨਾ ਪਹਿਲਾਂ ਉੱਥੋਂ ਇਹ ਕਿਉਂਕਿ ਇਹਨਾਂ ਨੂੰ ਪਤਾ ਸੀ ਆਰਐਸਐਸ ਨੂੰ ਇਹ ਬੀਜੇਪੀ ਨੂੰ ਪਤਾ ਸੀ ਕਿ ਕਿਸਾਨੀ ਬਿੱਲ ਲਿਆਉਣੇ ਨੇ ਵਿਰੋਧ ਹੋਊਗਾ ਇਹਨੂੰ ਉੱਥੋਂ ਹੀ ਸਿੱਖੀ ਦੀਆਂ ਗੱਲਾਂ ਇਹਨੇ ਬੰਬੇ ਤੋਂ ਕਰਨੀਆਂ ਸ਼ੁਰੂ ਕੀਤੀਆਂ ਫਿਰ ਇੱਥੇ ਆਇਆ ਫਿਰ ਇੱਥੇ ਆ ਕੇ ਸਾਡੇ ਉਦੋਂ ਤੱਕ ਮਨਾਂ ਚ ਆ ਗਿਆ ਕਿ ਯਾਰ ਬੜਾ ਘੈਂਟ ਬੰਦਾ ਬੜਾ ਘੈਂਟ ਸਾਨੂੰ ਵੀ ਲੱਗਦਾ ਸੀ ਬੜਾ ਘੈਂਟ ਬੰਦਾ ਸਾਨੂੰ ਤਾਂ ਮਿਲਣ ਤੋਂ ਬਾਅਦ ਅਸੀਂ ਮੀਟਿੰਗਾਂ ਕਰਨ ਤੋਂ ਬਾਅਦ ਪਹਿਲੀਆਂ 3-4 ਚ ਇਹਨੂੰ ਅੱਗੇ ਲਾਇਆ ਯਾਰ ਇਹਦੇ ਮਗਰ ਸੀ ਕਿ ਯਾਰ ਤੇਰੇ ਮਗਰਾਂ ਤੂੰ ਪੜਿਆ ਲਿਖਿਆ ਬੰਦਾ ਜ਼ਰੂਰੀ ਨਹੀਂ ਕਿ ਬੰਦਾ ਜਿਹੜਾ ਚੰਗੀਆਂ ਗੱਲਾਂ ਕਰੂਗਾ ਬੰਦਾ ਸਹੀ ਹੋਵੇ ਵੀਰੋ ਤੁਹਾਨੂੰ ਇੰਨਾ ਇਹਨਾਂ ਨੇ ਇੰਟੈਲੀਜੈਂਟ ਬਣਾ ਕੇ ਪੇਸ਼ ਕੀਤਾ ਐਡਾ ਕਿ ਯਾਰ ਸਿੱਖੀ ਦਾ ਪ੍ਰਚਾਰਕ ਕੋਨਾ ਮੁੰਨਾ ਬੰਦਾ ਤੇ ਗੱਲ ਐਡੀਆਂ ਐਡੀਆਂ ਵੱਡੀਆਂ ਤੇ ਉਹ ਫਿਰ ਉਹਦੇ 'ਚ ਜਜ਼ਬਾ ਨਹੀਂ ਹੋਊਗਾ ਵਾਲ ਸਿਰ ਰੱਖਣ ਦਾ ਹਣਾ ਵਾਲ ਰੱਖਣ ਦਾ ਪੂਰ ਸੰਪੂਰਨ ਸਿੱਖ ਕਿਵੇਂ ਨਹੀਂ ਹੋਊਗਾ ਕਿਉਂਕਿ ਅੰਦਰੋਂ ਤਾਂ ਨਕਲੀ ਐ ਨਾ ਸਕ੍ਰਿਪਟਡ ਬੋਲਦਾ ਪ੍ਰੋਪਰ ਲਿਖ ਕੇ ਜੋ ਸਕ੍ਰਿਪਟ ਹੁੰਦੀ ਆ ਉਹ ਬੋਲਦਾ ਉਸ ਤੋਂ ਬਾਅਦ ਮੈਂ ਦੱਸਦਾ ਫਿਰ ਇਹ ਨਾ ਜਦੋਂ ਇਹਦਾ ਇਹ ਉੱਥੇ ਬੈਠਾ ਇਹ ਪਰ ਸ਼ੰਭੂ ਇਹਨੇ ਅੱਡ ਆਪਦਾ ਲਾ ਲਿਆ ਅਸੀਂ ਸਾਰੇ ਦੂਰ ਹੋ ਗਏ ਕਿ ਯਾਰ ਬੰਦਾ ਗਲਤ ਹੈ ਹੁਣੇ ਦੱਸੋ ਉੱਥੇ ਕਿਉਂ ਬੈਠਾ ਇਹ ਕਰਦਾ ਸੀ ਉੱਥੇ ਗਰਮ ਗੱਲਾਂ ਗਰਮ ਗੱਲਾਂ ਕਰਦੇ ਰਿਹਾ ਤੁਹਾਨੂੰ ਪਤਾ ਹੈ ਨਾ ਵੀ ਤੁਹਾਨੂੰ ਸਭ ਪਤਾ ਜੇ ਹੁਣ ਇਹ ਜੇ ਸੱਚਾ ਸੀ ਜੇ ਬਿੱਲ ਹੀ ਬਰਦ ਕਰਾਉਣੇ ਸੀ ਇਹਨੇ ਇਹ ਜੰਤਰਮੰਤਰ ਵੀ ਤਾਂ ਬਹਿ ਸਕਦਾ ਸੀ ਇੰਨੇ ਕੋਣ ਉੱਤੇ ਸ਼ੰਭੂ ਰਾਹ ਰੋਕਿਆ ਤੁਹਾਨੂੰ ਪਤਾ ਲੋਕਾਂ ਦੀ ਉੱਥੇ ਮੁੰਡਿਆਂ ਦੀ ਇਹਦੇ ਨਾਲ ਜਦੋਂ ਇਹ ਕੱਲਾ ਬੈਠਾ ਆੜੀ ਵੀ ਹੋਈ ਕਿ ਤੂੰ ਰਾਹ ਨਹੀਂ ਰੋਕਣਾ ਤਾਂ ਫਿਰ ਇੱਥੇ ਬਹਿਣ ਦਾ ਕੀ ਫਾਇਦਾ ਤਾਂ ਉੱਥੇ ਨਹੀਂ ਇਹ ਕਹਿੰਦਾ ਨਹੀਂ ਆਪਾਂ ਰਾਹ ਨਹੀਂ ਰੋਕਣਾ ਇਹ ਉਦੋਂ ਮੂਕ ਮਾਰ ਗਿਆ ਜੇ ਐਵੇਂ ਹੀ ਬੈਣਾ ਸੀ ਫਿਰ ਤਾਂ ਇਹ ਜੰਤਰਮੰਤਰ ਬਹਿ ਸਕਦਾ ਸੀ ਇਲ 4-5 ਜਣੇ ਬੈਠੇ ਸੀ ਇਹਦੇ ਦੋ ਤੂੰ ਕਹਿੰਦਾ ਜਿਹੜਾ ਸ਼ੰਭੂ ਮੋਰਚਾ ਲਾਇਆ ਇਹਦੀ ਕੋਈ ਮਰਜ਼ੀ ਵੀਡੀਓ ਕਰਾ ਲਓ 2 ਮਹੀਨੇ ਦੇ ਅੱਗੇ 10-20 ਬੰਦੇ ਹੁੰਦੇ ਸੀ ਸਿਰਫ ਕਿਸੇ ਨੇ ਸਪੋਰਟ ਨਹੀਂ ਸੀ ਕੀਤੀ ਇਹਨੂੰ ਇਹ ਕੱਲੀ ਵੀਡੀਓ ਸਾਹਮਣੇ ਫਰੰਟ ਤੋਂ ਬਣਾਉਂਦਾ ਸੀ ਬਾਹਰਲੇ ਸਾਡੇ ਭਰਾ ਭਾਵਕ ਹੋ ਜਾਂਦੇ ਹਾਂਜੀ ਹਾਂਜੀ ਸੌਰੀ ਵਿੱਚ ਫੋਨ ਆ ਜਾਂਦਾ ਇਹ ਸਾਡੇ ਇਮੋਸ਼ਨਲ ਖੇਡਦਾ ਸੀ ਉੱਥੇ ਫਿਰ ਇਹਨੇ ਮੇਰੀ ਗੱਲ ਸੁਣੋ ਜਿੱਡੀਆਂ ਜੜੀਆਂ ਇਹ ਗੱਲਾਂ ਕਰਦਾ ਉਹ ਤਾਂ ਸਿਮਰਨਜੀਤ ਸਿੰਘ ਮਾਨਮੀ ਕਰਦੇ ਇਹ ਗੱਲਾਂ ਉੱਥੇ ਜਿੱਥੇ ਇਹਨੇ ਸ਼ੰਭੂ ਬੈਰ ਲਾਇਆ ਸੀ ਤੁਹਾਨੂੰ ਸੱਚ ਦੱਸ ਦਿੰਦਾ ਜਿੱਥੇ ਇਹਨੇ ਸ਼ੰਭੂ ਲਾਇਆ ਸੀ ਆਪਣਾ ਸਾਰਾ ਮੋਰਚਾ ਉਸੇ ਜਗ੍ਹਾ ਤੇ ਬਿਲਕੁਲ 50 ਮੀਟਰ ਤੇ ਬਿਲਕੁਲ ਟੈਂਟ ਦੇ 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 ਨਾਲ ਟੈਂਟ ਸਿਮਰஜித் ਮਾਨ ਦੇ ਬੰਦੇ ਬੈਠੇ ਆ ਇਹਨਾਂ ਦੀ ਆਈਡੀਓਲੋਜੀ ਸੇਮ ਗੱਲਾਂ ਹੀ ਸੇਮ ਕਰਦੇ ਸੀ ਇਕੱਠੇ ਕਿਉਂ ਨਹੀਂ ਹੋਏ ਕਿਉਂਕਿ ਬਾਹਰ ਜਿਹੜਾ ਗਰਮ ਜੜੀਆਂ ਬਾਹਰ ਸਿੱਖੀ ਰੂਪ ਚ ਸਾਡੀਆਂ ਸਿੱਖੀ ਰੂਪ ਦੇ ਵਿੱਚ ਬਾਹਰ ਭੇਡਾਂ ਬੈਠੀਆਂ ਸਾਨੂੰ ਸਾਡੇ ਇੱਥੇ ਬੰਦੇ ਮਰਵਾਉਣ ਨੂੰ ਬੈਠੀਆਂ ਉਹਨੋਂ ਇਹਨਾਂ ਨੂੰ ਫੰਡ ਭੇਜ ਦੇ ਉਧਰੋਂ ਇਹਨਾਂ ਨੇ ਫੰਡ ਲੈਣੇ ਉਧਰੋਂ ਇਹ ਕਿਉਂਕਿ ਇਹ ਤੇ ਸਰਕਾਰ ਆਰਐਸਐਸ ਜਿਹੜੀਆਂ ਸਿੱਖੀ ਰੂਪ ਚ ਉਧਰ ਭੇਡਾਂ ਬੈਠੀਆਂ ਸਾਨੂੰ ਗੁਮਰਾਹ ਕਰਦੀਆਂ ਇਕੱਠੇ ਖੇਡਦੇ ਆ ਉਥੇ ਇਹ ਗਰਮਗਲਾਂ ਨਹੀਂ ਤਾਂ ਉਥੇ ਜੇ ਦਿੱਲੀ ਕਰਦਾ ਤੈਨੂੰ ਗੱਲਾਂ ਨਹੀਂ ਸੀ ਕਰਨ ਦੇਣੀਆਂ ਸਾਨੂੰ ਭਾਵਕ ਨਹੀਂ ਸੀ ਕਰਦਾ ਸਾਡੇ ਇਮੋਸ਼ਨਲ ਨਹੀਂ ਸੀ ਖੇਡ ਸਕਦਾ ਉਸ ਤੋਂ ਬਾਅਦ ਇਹ ਚੱਲੀ ਗਿਆ ਹੁਣ ਜਿੱਦਣ ਦਿੱਲੀ ਆਉਣਾ ਸੀ 26 ਨਵੰਬਰ ਨੂੰ ਇਹਦੇ ਨਾਲ ਕੋਈ ਜਥਾ ਨਹੀਂ ਸੀ ਕੋਈ ਬੰਦਾ ਨਹੀਂ ਸੀ ਇਹ ਇਕੱਲੇ ਨੇ ਅੱਗੇ ਜਦੋਂ ਮੁੰਡਿਆਂ ਨੇ ਬੈਰੀਗੇਡ ਤੋੜਿਆ ਇਹ ਇਕੱਲੇ ਕੋਈ ਉਹਦੇ ਨਾਲ ਕੁਝ ਦੀ ਵੀਡੀਓ ਦਿਖਾ ਦਿਓ ਫਿਰ ਕੱਲ ਜਿੱਥੇ ਤੋੜੀ ਗਏ ਪਿੱਛੋਂ ਇਹ ਨਾਲ ਰਲਦਾ ਸੀ ਹੁਣ 26 ਤਰੀਕ ਨੂੰ ਜਦੋਂ ਪਹੁੰਚਦੇ ਆ ਇਹ ਦਿੱਲੀ ਬੰਗਲਾ ਸਾਹਿਬ ਕਿਵੇਂ ਪਹੁੰਚ ਜਾਂਦਾ ਹੈ ਦਿੱਲੀ ਕਿਵੇਂ ਪਹੁੰਚ ਜਾਂਦਾ ਹੈ ਜਦੋਂ ਕਿੱਥੇ ਉਹ ਚਿੜੀ ਫੜ ਨਹੀਂ ਸੀ ਮਾਰਨ ਦੀ ਪੁਲਿਸ ਤੇ ਇਹਦੀ ਇੱਕ ਵੀਡੀਓ ਪਈ ਹੈ ਇਹਦੀ ਵੀਡੀਓ ਦੇਖਿਓ ਇਹਦੀ ਲਾਈ ਪਈ ਆ ਉਸ ਤਰੀਕ ਦੀ ਇਹ ਕਹਿੰਦਾ ਮੈਨੂੰ ਐਸਐਸਪੀ ਇੱਕ ਚੰਗਾ ਮਿਲ ਗਿਆ ਮੈਨੂੰ ਉਹਨੇ ਸਕਾਟ ਕਰਕੇ ਅੰਦਰ ਭੇਜਿਆ ਤੁਸੀਂ ਦੱਸੋ ਪੁਲਿਸ ਵਾਲਾ ਕੋਈ ਐਸਐਸਪੀ ਜਿਹੜੀ ਸਰਕਾਰੀ ਡਿਊਟੀ ਐਡਾ ਪ੍ਰੈਸ਼ਰ ਹੋਵੇ ਸਰਕ ਸੈਂਟਰ ਸਰਕਾਰ ਦਾ ਸਕਾਉਟ ਕਰਕੇ ਅੰਦਰ ਭੇਜ ਦੂ ਹਾਂ ਇਹਨੂੰ ਪੁਲਿਸ ਲੈ ਕੇ ਆਈ ਅੰਦਰ ਇਹਨੂੰ ਕਿਉਂਕਿ ਇਹਨੂੰ ਵਰਤਨਾ ਸੀ ਇਹਨੇ ਨੰਬਰ ਬਣਾਇਆ ਮੈਂ ਕੱਲਾ ਦੱਸੋ ਕਿਸਾਨ ਸਾਰੇ ਪਿੱਛੇ ਨੇ ਲੱਖਾਂ ਦਾ ਕਿਸਾਨ ਕਟਾ ਇਹਨੇ ਅੰਦਰ ਜਾ ਕੇ ਦਿੱਲੀ ਦੇ ਵਿੱਚ ਆਹ ਦੇਖੋ ਮੈਂ ਪਹੁੰਚ ਗਿਆ ਦਿੱਲੀ ਜਿਵੇਂ ਜਵਾਕਾ ਮੰਗੂ ਦਿੱਲੀ ਪਹੁੰਚ ਕੇ ਕਿਹੜੇ ਝੰਡੇ ਚਲੂਤੇ ਗਿਆ ਪਹੁੰਚ ਗਿਆ ਦਿੱਲੀ ਤੇ ਆਪ ਖੁਦ ਕਹਿ ਰਿਹਾ ਕਿ ਮੈਨੂੰ ਪੁਲਿਸ ਨੇ ਅੰਦਰ ਲੈ ਕੇ ਆਈ ਸਕਾਉਟ ਕਰਕੇ ਆਈ ਪੁਲਿਸ ਇਹਨੂੰ ਸਾਰਾ ਕੁਝ ਕਰਾਉਂਦੀ ਰਹੀ ਇਹਦੀ ਇੱਕ ਵੀਡੀਓ ਆ ਦੇਖੋ ਇਹ ਕਹਿੰਦਾ ਉਥੇ ਕਿ ਮੇਰੀ ਵੀ ਸਨਾਖ ਥੋਰੀ ਐ ਦੱਸੋ ਇਹਦੀ ਸਨਾਖਤ ਹੁੰਦੀ ਹੋਈ ਇਹਦੇ ਫੋਨ ਤੋਂ ਇਹਨੂੰ ਪੁਲਿਸ ਨਹੀਂ ਸੀ ਟਰੇਸ ਕਰ ਸਕਦੀ ਕਹਿੰਦਾ ਮੇਰੀ ਸਨਾਖ ਥੋਰੀ ਐ ਕਿ ਮੈਂ ਵੀ ਹੁਣ ਇਹ ਪਰਨਾ ਬੰਨ ਕੇ ਰੱਖਦਾ ਨਾ ਕਿ ਮੈਂ ਪਰਨਾ ਜਿਹੇ ਹਾਲਾਤ ਆ ਖਾਲਸਤਾਨ ਦੀ ਸਿੱਖੀ ਦੀ ਗੱਲ ਕਰਨ ਵਾਲਾ ਬੰਦਾ ਪੁਲਿਸ ਦੀ ਡਰ ਤੋਂ ਪੁਲਿਸ ਦੀ ਸਨਾਖਤ ਤੋਂ ਪਰਨਾ ਗੱਲ 'ਚ ਪਾ ਲਊਗਾ ਤੁਸੀਂ ਸਿੱਖੋਂ ਤੁਸੀਂ ਪੁਲਿਸ ਦੇ ਡਰ ਤੋਂ ਭਾਵੇਂ ਤੁਸੀਂ ਪਰਨਾ ਬੰਨਦੇ ਹੋ ਨਾ ਬੰਨਿਆ ਹੋ ਪਰ ਬੰਨਿਆ ਹੋਵੇ ਏ ਕੌਲ ਵੀ ਸਾਨੂੰ ਪੁਲਿਸ ਦਾ ਡਰ ਐ ਤਾਂ ਤੁਸੀਂ ਪਰਨਾ ਗੱਲ 'ਚ ਲਾ ਲੋਗੇ ਤੁਸੀਂ ਮਰ ਜਾਓਗੇ ਗੱਲਾ ਵੱਢਿਆ ਜਾਊਗਾ ਪਰ ਨਾ ਗੱਲ ਚੋਂ ਨਹੀਂ ਲਾਓਗੇ ਨਾ ਪੱਗ ਗੱਲ ਚ ਲਾਓਗੇ ਤੇ ਆਹ ਕਹਿੰਦਾ ਨਾਲੇ ਇਹਦੀ شناخت ਤਾਂ ਮੋਨੇ ਦੀ ਐ ਪਰਨਾ ਬਣ ਕੇ ਤਸੋਗੇ ਦਾ ਭੇਸ ਲੁੱਕਦਾ ਇਹ ਕਹਿੰਦਾ ਮੇਰੀ ਵੀ شناخت ਹੋਈ ਤਾਂ ਮੈਂ ਪਰਨਾ ਜਿਹਾ ਵੀ ਗੱਲ ਚ ਲਾ ਲਿਆ ਆਹ ਸੁਣ ਲਓ ਮੈਂ ਵੀ ਆ ਪਰਨਾ ਜਿਹਾ ਇਸ ਕਰਕੇ ਲਾ ਕੇ ਗੱਲ ਚ ਪਾ ਲਿਆ ਕਿਉਂਕਿ ਮੇਰੀ ਵੀ شناخت ਜੀ ਹੋਈ ਪਈ ਆ ਹੁਣ ਇਹਨਾਂ ਨੂੰ ਸੋ ਅਸੀਂ ਜਿਵੇਂ ਨਾ ਜਿਵੇਂ ਆਪਦੇ ਆਪ ਨੂੰ ਇੱਥੇ ਹੁਣ ਤੁਸੀਂ ਦੱਸੋ ਇਹ ਸਿੱਖ ਹੋ ਸਕਦਾ ਹੈ ਇਹ ਖਾਲਸਾ ਦਾ ਇਹਦੇ ਬਈ ਉਦੋਂ ਬਾਅਦ ਇਹ ਅੱਜ ਤੱਕ ਜੱਥੇਬੰਦੀਆਂ ਦੀ ਉਲਟ ਬੋਲਿਆ ਫਿਰ ਇਹਦੀ ਕੋਈ ਸਪੀਚ ਕੱਢ ਲੋ ਕੋਈ ਸਪੀਚ ਕੱਢ ਲੋ ਇਹਨੇ Hindu ਭਰਾਵਾਂ ਬਾਰੇ ਗੱਲ ਨਹੀਂ ਕੀਤੀ ਮੁਸਲਮਾਨ ਭਰਾਵਾਂ ਬਾਰੇ ਗੱਲ ਨਹੀਂ ਕੀਤੀ ਸਿਰਫ ਸਿੱਖ 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 ਕਿਉਂ Hindu ਭਰਾ ਇਹਦੇ ਨਾਲ ਟੁੱਟਣ ਤੇ ਉਹ BJP ਨੂੰ ਵੱਧ ਸਪੋਰਟ ਕਰਨ ਕਿ ਇਹ ਤਾਂ ਯਾਰ ਸਾਡੇ ਲਈ ਖਤਰਨਾਕ ਆ ਹੁਣ ਕੱਲ ਲਾਲ ਕਿਲੇ ਦੇ ਝੰਡੇ ਤੇ ਜਿਹੜੇ ਹੁਣ ਪੰਜਾਬ 'ਚ ਸਿੰਧੂ ਬੈਠੇ ਆ ਉਹਨਾਂ ਦੇ ਮਨ 'ਚ ਡਰ ਪਾਤਾ ਕਿਉਂਕਿ 22 'ਚ ਜਦੋਂ ਇਲੈਕਸ਼ਨ ਲੜਨਾ ਹੈ ਤੇ ਉਹ ਸਾਰੀ ਹਿੰਦੂ ਵੋਟ ਬੀਜੇਪੀ ਨੂੰ ਪਵੇ ਇਹਦੇ ਬੰਦੇ ਨੇ ਹਰ ਪਿੱਤੇ ਨੇ ਕਿਹਾ ਕਿ ਇਹਨਾਂ ਦੇ ਹੁਣ ਚਾਲ ਕਿਸੇ ਵੀ ਬੀਜੇਪੀ ਇੱਕ ਤਾਂ ਇੱਥੇ ਇੱਕ ਤਾਂ ਕਿਸਾਨੀ ਸੰਘਰਸ਼ ਨੂੰ ਟਾਂ ਲਾਉਣੀ ਇੱਕ ਹਿੰਦੂਆਂ ਦੇ ਵਿੱਚ ਇਹਨਾਂ ਪ੍ਰਤੀ ਡਰ ਪਾ ਕੇ ਇਸ ਬੀਜੇਪੀ ਦੀ ਵੋਟ ਨੂੰ ਹੋਰ ਵੱਡਾ ਪੱਕਾ ਕਰਨਾ ਕਿਉਂਕਿ ਕਾਂਗਰਸ ਹੌਦਾਂ ਬੁਰਾ ਹਾਲ ਹੈ ਕਿ 25ਤੀ ਸੀਟਾਂ ਇਹ ਬੀਜੇਪੀ ਲੈ ਜਾਊਗੀ ਬਾਕੀ ਇਹ ਆਪਣਾ ਵੱਖਰਾ ਫਰੰਟ ਬਣਾ ਕੇ ਉਹ ਰਲ ਕੇ ਸਰਕਾਰ ਬਣਾਉਣਗੇ ਕਿਤੋਂ ਤੱਕ ਸੋਚੀ ਬੈਠਿਆ ਕਿ ਹੁਣ ਆ ਦੇਖੋ ਇਹਨੇ ਉਥੇ ਝੰਡਾ ਚੁਲਾ ਕੇ ਹੁਣ ਜਿਹੜੇ ਹਿੰਦੂ ਭਰਾ ਡਰਾਏ ਕਿ ਨਹੀਂ ਡਰਾਏ ਆਪਣੇ ਦਿਲ ਤੇ ਹੱਥ ਰੱਖ ਕੇ ਦੇਖੋ ਹੁਣ ਦੱਸੋ ਇਹ ਉਥੇ ਰਾਤ ਨੂੰ ਹਮੇਸ਼ਾ ਇਹ ਰਾਤ ਨੂੰ ਲਾਈਵ ਕਰਦਾ 12 1 ਵਜੇ ਰਾਤ ਨੂੰ ਲਾਈਵ ਕਰਦਾ ਨਿਹੰਗ ਸਿੰਘਾਂ ਕੋਲ ਫੌਜਾਂ ਕੋਲ ਬਹਿ ਕੇ ਨਿਹੰਗ ਸਿੰਘ ਫੌਜਾਂ ਆਪਾਂ ਯਾਰ ਸਿੱਖੀ ਨਾਲ ਜੁੜੇ ਹਨ ਕਿ ਸਗੋਂ ਫੌਜਾਂ ਤਾਂ 24 ਘੰਟੇ ਸਿੱਖੀ ਨਾਲ ਜੁੜੀਆਂ ਉਹਨਾਂ ਨੂੰ ਇਮੋਸ਼ਨਲ ਕਰਕੇ ਉਹਨਾਂ ਨੂੰ ਵਰਤਣ ਲਈ ਕਿਉਂਕਿ ਆਪਾਂ ਇਮੋਸ਼ਨਲ ਬੰਦੇ ਆ ਯਾਰ ਆਪਣੀਆਂ ਭਾਵਨਾਵਾਂ ਨਾਲ ਖੇਡ ਕੇ ਆਪਾਂ ਜਿੱਥੇ ਮਰਜ਼ੀ ਆਪਾਂ ਲਾ ਸਕਦੇ ਆ ਕਿਉਂਕਿ ਭਾਵ ਖੋ ਉਹਨਾਂ ਨੂੰ ਭਾਵ ਕਰਦਾ ਰਿਹਾ ਸੀ 2 ਮਹੀਨੇ ਤੇ ਉਹ ਵਰਤਿਆ ਪਰ ਉਹ ਵੀ ਉੱਥੇ ਨਹੀਂ ਲਾਲ ਕਿਲੇ ਦੇ ਬਾਹਰ ਰਿਹਾ ਉੱਥੇ ਨੇ ਫੌਜਾਂ ਦੇਖੋ ਪੰਨ੍ਹਿਆਗ ਸਿੰਘ ਫੌਜਾਂ ਵੀ ਵਿਚਾਰੀਆਂ ਉੱਥੇ ਨਕਲੀ ਨੇ ਬਣਾ ਕੇ ਨਾ ਦੂਜੇ ਕਈ ਦੇਖੋ ਨਾ ਕਲੀਨ ਸ਼ੇਪ ਬੰਦਾ ਤੇ ਨਾ ਗਾਲੀ ਵਰਦੀ ਪਾਈ ਫਿਰਦਾ ਇਹਨੂੰ ਲਾਲ ਕਿਲੇ ਤੇ ਚਿੜੀ ਵੀ ਨਹੀਂ ਫੜ ਮਾਰ ਸਕਦੀ ਇਹ ਕਿਵੇਂ ਪਹੁੰਚਿਆ ਉੱਥੋਂ ਕਿਵੇਂ ਫਿਰ ਜੇ ਭਾਤ ਤਾਂ ਫਿਰ ਨਿਕਲ ਕਿਵੇਂ ਗਿਆ ਇਹ ਤਾਂ ਫੇਮਸ ਚਿਹਰਾ ਸੀ ਹੁਣ ਇਹਨੇ 25 ਤਰੀਕ ਦੀ ਰਾਤ ਨੂੰ ਜਦੋਂ ਇਹ ਤਾਂ ਬੱਸ ਨਹੀਂ ਚੱਲੇ ਨੂੰ ਅਸੀਂ ਵੀ ਫੇਲ ਹੋਊਗਾ ਕੰਮ ਕਿਉਂਕਿ ਲੋਕ ਬਈ ਅਸੀਂ ਉੱਥੇ 24 ਘੰਟੇ ਧਰਨੇ 'ਚ ਰਹਿਨੇ ਆ ਕੋਈ ਲੋਕਾਂ 'ਚ ਰੋਹ ਨਹੀਂ ਸੀ ਲੋਕ ਸੀ ਕਿ ਜਿੱਥੇ ਕਿਸਾਨ ਜਿੱਥੇ ਬੰਦੀਆਂ ਕਹਿੰਦੀਆਂ ਉੱਥੇ ਹੀ ਜਾਵਾਂਗੇ ਇਹ ਪੰधेਰ ਦੀ ਜਿੱਥੇ ਬੰਦੀਆਂ ਇਹਨਾਂ ਦੀ ਮੀਟਿੰਗ ਹੋਈ ਇਹਨਾਂ ਨੇ ਸਟੇਜ ਪਹਿਲਾਂ ਆਪ ਕੈਪਚਰ ਕਰਾਈ ਬੰਦਿਆਂ ਤੋਂ ਫਿਰ ਇਹਨਾਂ ਨੇ ਆਪ ਐਂਟਰੀ ਕੀਤੀ ਉੱਥੇ ਉਕਸਾਇਆ ਕਿ ਆਪਾਂ ਤਾਂ ਪੰधेਰ ਨਾਲ ਜਾਵਾਂਗੇ ਤੇ ਗੱਲ ਹੋਈ ਸਾਰਾ ਇਹ ਸਿਸਟਮ ਹੋਇਆ ਸਰਕਾਰ ਦੇ ਨਾਲ ਵਰਤਿਆ ਫਿਰ ਦੇਖੋ ਇੱਕ ਵਾਰ ਜਦੋਂ ਇਹ ਸ਼ੰਭੂ ਤੋਂ ਉਦੋਂ ਬੈਠਾ ਸੀ ਤਾਂ ਉਹ ਜਦੋਂ ਇਹਨਾਂ ਨੂੰ ਰੋਲਾ ਪੈਣਾ ਸੀ ਉਦੋਂ ਸਨੀ ਦੇਵ ਨੇ ਟਵੀਟ ਕੀਤਾ ਕਿ ਮੇਰਾ ਇਹਦੇ ਨਾਲ ਕੋਈ ਵਾਸਤਾ ਨਹੀਂ ਉਹਨੂੰ ਕੀ ਲੋੜ ਸੀ ਉਦੋਂ ਟਵੀਟ ਕਰਨ ਦੀ ਉਦੋਂ ਉਹਨੂੰ ਟਵੀਟ ਕੀ ਤੇ ਕੱਲ ਫੇਰ ਸਨੀ ਦੇਵ ਟਵੀਟ ਕਰਦਾ ਕਿ ਮੇਰਾ ਦੇ ਨਾਲ ਉਹਨੂੰ ਸਨੀ ਦੇਵ ਨੂੰ ਕੀ ਲੋੜ ਪਈ ਹੈ ਇਦੋਂ ਟਵੀਟ ਕਰਨ ਦੀ ਇਹਨੇ ਭਰਾਵੋ ਇੰਨੀਆਂ ਕ ਚਾਲਾਂ ਚੱਲੀਆਂ ਇੰਨੀ ਇੱਕ ਰਾਤ ਨੂੰ ਇਹਨੇ ਲਾਈਵ ਹੋਣਾ ਫਿਰ ਦੱਸੋ ਸ਼ੰਭੂ ਬਾਰਡਰ ਤੇ ਮੈਨੂੰ ਉੱਥੇ ਕੋਈ ਸੌਂ ਖਾ ਕੇ ਕਹਦੇ ਇਹ ਹੋਟਲ 'ਚ ਰਹਿੰਦਾ ਸੀ ਉੱਥੇ 25 ਤਰੀਕ ਨੂੰ ਇਹ ਤਿੰਨ ਤਿੰਨ ਵਾਰ ਕੱਪੜੇ ਬਦਲਦਾ ਸਾਡੇ ਤਾਂ ਛਾਈਆਂ ਪੈ ਗਈਆਂ ਇਹਦੇ ਰੰਗ ਚਿੱਟੇ ਦਾ ਚਿੱਟਾ ਤਿੰਨ ਤਿੰਨ ਵਾਰ ਕੱਪੜੇ ਬਦਲਣਾ ਇਹ ਗਾਲਾਂ ਕੱਢਦਾ ਲੋਕਾਂ ਨੂੰ ਹੱਥ ਸੈਨੀਟਾਈਜ਼ ਕਰਦਾ ਵੀ ਗੰਦੇ ਯੇਬ ਉੱਥੇ ਰਹਿੰਦਾ ਨਹੀਂ ਸੀ ਜਦੋਂ ਉੱਥੇ ਵੀ ਧਰਨੇ 'ਚ ਵੀ ਲੋਕਾਂ ਨੇ ਰੌਲਾ ਪਾਇਆ ਫਿਰ ਇਹ ਟੈਂਟ ਲਾਇਆਏ ਨੇ ਪਰ ਟੈਂਟ ਚ ਮਾੜਾ ਮੁੱਟ ਰਹਿਦਾ ਸੀ ਫਿਰ ਰਾਤ ਨੂੰ ਫੇਰ ਹੋਟਲ ਚਲ ਜਾਂਦਾ ਐਵੇਂ ਕਰਦਾ ਸਿਸਟਮ ਹੈ ਫਿਰ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਜਦੋਂ ਇਹਨੇ ਦੇਖਿਆ ਵੀ ਇਹ ਤਾਂ ਕਾਮਯਾਬ ਹੋ ਗਿਆ ਮੋਰਚਾ ਅੱਜ ਤੋਂ ਮਹੀਨਾ ਕ ਪਹਿਲਾਂ ਇਹ ਫੇਰ ਅੱਗ ਲਾਉਂਦਾ ਕਿ ਜਿਹੜਾ ਬੰਦਾ ਕਹਿੰਦਾ ਸੀ ਕਿ ਸਾਨੂੰ ਸੋਧਾਂ ਨਹੀਂ ਚਾਹੀਦੀਆਂ ਸਾਨੂੰ ਮਤਲਬ ਪਹਿਲਾਂ ਤਾਂ ਇਹ ਬਿੱਲ ਵੀ ਕਹਿੰਦਾ ਸੀ ਬਿੱਲ ਬੁੱਲ ਨਹੀਂ ਸਾਨੂੰ ਤਾਂ ਵੱਖਰਾ ਮਤਲਬ ਸਾਡੇ ਤੇ ਸਾਡੇ ਅਧਿਕਾਰ ਚਾਹੀਦਾ ਫੇਰ ਜਦੋਂ ਦਿੱਲੀ ਆਪਾਂ ਕਾਮਯਾਬ ਹੋ ਰਹੇ ਸੀ ਜਿਹੜਾ ਬੰਦਾ ਕਹਿੰਦਾ ਸੀ ਸੌਦਾ ਨਹੀਂ ਚਾਹੀਦੀਆਂ ਤੁਹਾਨੂੰ ਪਤਾ ਵੀਡੀਓ ਹੱਲੇ ਵੀ ਪਈ ਆ ਚੈਨਲਾਂਾਂ ਦੇ ਉੱਤੇ ਇੰਟਰਵਿਊ ਦੀ ਇਹ ਆ ਬੋਲ ਰਿਹਾ ਕਿ ਹੁਣ ਬੰਦੇ ਨਹੀਂ ਮਰਵਾਉਣੇ ਤੁਸੀਂ ਉਦੋਂ ਵੀ ਇਹਨੇ ਪੜਕਾਉਣ ਦੀ ਕੋਸ਼ਿਸ਼ ਕੀਤੀ ਬੰਦੇ ਮਰਵਾਓਗੇ ਜਿਹੜੀਆਂ ਸੌਦਾ ਦਿੰਦਿਆਂ ਨੇ ਉਹ ਸੌਦਾ ਲੈ ਕੇ ਚੱਲ ਜੋ ਫਿਰ ਲੋਕਾਂ ਨੇ ਦਾ ਵਿਰੋਧ ਕੀਤਾ ਫਿਰ ਉਦੋਂ ਇਹ ਇੰਨਾ ਡਰ ਗਿਆ ਸੀ ਦੋਸਤੋ ਇਹਨੂੰ ਪੁੱਛੋ ਇਹਨੂੰ ਕਹੇ ਸੌਂਖਾ ਜੇ ਆਪਣੇ ਬਾਪ-ਬਾਬ ਦੀ ਇਹ ਲੋਕਾਂ ਨੂੰ ਕਿਉਂ ਨਹੀਂ ਦੱਸ ਇਹ ਉਦੋਂ ਪਿਛਲੇ ਮਹੀਨੇ 10 ਦੇਣ ਬੰਬੇ ਭੱਜ ਗਿਆ ਫਿਰ ਵਿੱਚੋਂ ਦੇਖਿਓ ਹਰ ਰੋਜ਼ ਲਾਈਵ ਹੁੰਦਾ ਨਾ ਵਿੱਚੋਂ ਇੱਕ 10 ਕ ਦਿਨ ਲਾਈਵ ਨਹੀਂ ਹੋਇਆ ਇਹ ਬੰਬੇ ਭੱਜ ਗਿਆ ਇੰਨਾ ਇਹਨੂੰ ਡਰ ਪੈ ਗਿਆ ਕਿ ਯਾਰ ਲੋਕ ਮੇਰੇ ਵਿਰੋਧ ਚ ਹੋ ਗਏ ਇਹ ਬੰਬੇ ਭੱਜ ਗਿਆ ਬੰਬੇ ਭੱਜਣ ਤੋਂ 10 ਦਿਨ ਬਾਅਦ ਫੇਰ ਆਇਆ ਫੇਰ ਹੀ ਨਿਕਲਿਆ ਇਹਨੇ ਸਾਰੀ ਉੱਥੇ ਗੇਮ ਪਲਾਨ ਕਰਕੇ ਹੋਰ ਤੁਹਾਨੂੰ ਦੱਸਦਾ ਵੱਡੀ ਗੱਲ ਫੇਰ ਅੱਜ ਜਿਹੜਾ ਔਨ 에ਅਰ ਚੈਨਲ ਹੈ ਉਹ ਇਹਦਾ ਚੈਨਲ ਹੈ ਇਹ ਇਸ ਧਰਨੇ ਦੇ ਵਿੱਚ ਚੈਨਲ ਲੱਗਾ ਜਿਹੜਾ ਬਾਹਰੋਂ ਫੰਡ ਆਇਆ ਸਰਕਾਰਾਂ ਦੇ ਫੰਡ ਕਿੱਥੋਂ ਇਹਨਾਂ ਨੂੰ ਆਏ ਕਿੱਥੋਂ ਹਰਪ੍ਰੀਤ ਦੇਵਗਨ ਉਧਰੋਂ ਬੰਦਿਆਂ ਚੋਂ ਫੰਡ ਆਉਂਦਾ ਹਰਪ੍ਰੀਤ ਦੇ ਉਦੇ ਨਾਂ ਤੇ ਚੈਨਲ ਹੈ ਇਹ ਔਨ 에ਅਰ ਉਦੇ ਨਾਂ ਤੇ ਚੈਨਲ ਹੈ ਮੱਕੜਬਾਈ ਨੂੰ ਇਹਨਾਂ ਨੇ ਕਿਉਂਕਿ ਉਹ ਤਾਂ ਨੌਕਰੀ ਕਰਨ ਵਾਲਾ ਬੰਦਾ ਯਾਰ ਉਹਨੂੰ ਤਾਂ ਤਨਖਾਹ ਦੇਣੀ ਉਹਨੂੰ ਵੱਧ ਤਨਖਾਹ ਮਿਲੀ ਚੱਲ ਗਿਆ ਔਨ 에ਅਰ ਹਰਪ੍ਰੀਤ ਦੇਵਗੰਦ ਦੇ ਨਾਂ ਚੈਨਲ ਹੈ ਹਰਪ੍ਰੀਤ ਇਹ ਸਾਰਾ ਉਹਨਾਂ ਚੈਨਲ ਵਿੱਚ ਇਹਨਾਂ ਨੇ ਚੈਨਲ ਲਾਇਆ ਕਿਉਂਕਿ ਇਹਨਾਂ ਆਪਦੀ ਹਾਈ ਹਾਈਲਾਈਟ ਕਰਨ ਦੀ ਤੇ ਇੱਕ ਚੈਨਲ ਹੋਰ ਆ ਉਹਦਾ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਠੀਕ ਹੈ ਨਾ ਇਹ ਬਈ ਇੱਕ ਚੈਨਲ ਤਾਂ ਕਿ ਇਹਨਾਂ ਨੇ ਆਪਣੇ ਲਈ ਇਹਨਾਂ ਨੇ ਹੁਣ ਤੱਕ ਲੋਕਾਂ ਇਹਦੀ ਕੋਈ ਸਪੀਚ ਸੁਣਨ ਲੋਕਾਂ ਨੂੰ ਉਕਸਾਉਣ ਦੀ ਸਪੀਚ ਆ ਤੇ ਸਰਕਾਰ ਦਾ ਇਹ ਸਿਰਫ ਕਿ ਇੱਕ ਤਾਂ ਜਿਹੜੀ ਹਿੰਦੂ ਵੋਟ ਹੈ ਪੰਜ ਭਾਰਤ ਦੀ ਪੰਜਾਬ ਦੀ ਸੌਰੀ ਉਹ ਵਿਰੋਧ ਚ ਹੋ ਜੇ ਉਹ ਪੱਕੀ ਬੀਜੇਪੀ ਦੀ ਹੋ ਜੇ ਇੱਕ ਇੱਕ ਕਿਸਾਨ ਮੋਰਚਾ ਫੇਲ ਹੋ ਜੇ ਇਹਦੀ ਸਿੱਧੀ ਦਿੱਲੀ ਕੱਲ ਮੈਨੂੰ ਐਂ ਦੱਸੋ ਮੋਰਚੇ 'ਚ ਜੇ ਹੈਗਾ ਸੀ ਕੋਈ ਵੀਡੀਓ ਇਹਦੀ ਮੋਰਚੇ ਨੂੰ ਲੀਡ ਕਰਦੇ ਜਦੋਂ ਸਵੇਰੇ ਤੁਰੇ ਆ ਫਿਰ ਜੋ ਸਾਰੀਆਂ ਜਥੇਬੰਦੀਆਂ ਤੁਰਨ ਦਾ ਟਾਈਮ 9 10 ਵਜੇ ਦੇ ਵਿੱਚ ਸੀ ਇਸ ਸਵੇਰੇ 8 ਵਜੇ ਤੁਰ ਪੈਂਦੇ ਆ ਸਰਕਾਰ ਉਦੋਂ ਅਸੀਂ ਆਉਨੇ ਆ ਸਾਡੀ ਐਂਟਰੀ ਉਹਦੇ 9 ਵਜੇ ਅਸੀਂ ਆਉਣਾ ਸੀ ਉਹ ਪੂਰੇ 9 ਵਜੇ ਪਹਿਲਾਂ ਅਸੀਂ ਨਾਲ ਹੀ ਗੁਰਦੁਆਰਾ ਉੱਥੇ ਖੜ ਗਏ ਉੱਥੇ ਅਸੀਂ ਰੋਟੀ ਰੂਟੀ ਖਾ ਕੇ ਜਦੋਂ ਐਂਟਰੀ ਤੇ ਉਦੋਂ ਤੱਕ ਤਾਂ ਇਹ ਬੰਦੇ ਲੰਘ ਚੁੱਕੇ ਸੀ ਸੀਗਾ ਯਾਰ ਕਮਾਲ ਦੀ ਗੱਲ ਹੈ ਇਹ ਤਾਂ ਟਾਈਮ ਨਾਲ ਤੁਰ ਪਏ ਪੁਲਿਸ ਨੇ ਇਹਨਾਂ ਨੂੰ ਰੁਕਿਆ ਹੀ ਨਹੀਂ ਜਦੋਂ ਟਾਈਮ 9 ਦਾ ਸੀ ਇਹਨਾਂ ਨੂੰ ਉੱਥੇ ਨਹੀਂ ਪੁਲਿਸ ਨੇ ਰੋਕਿਆ ਤੇ ਜਿਹੜਾ ਕਹਿੰਦਾ ਨਾ ਵੀ ਮੈਂ ਕਿਵੇਂ ਉਕਸ ਆ ਗਿਆ ਇਹ ਉਥੋਂ ਲੀਡ ਕਰ ਰਿਆ ਸੀ ਵਿੱਚੋਂ ਜਿਸੀਂ ਇਹ ਬੰਦੇ 100 150 50 ਬੰਦੇ ਇਹਨਾਂ ਨੂੰ ਪਤਾ ਸੀ ਜਿਹੜੇ ਜਿਹੜੇ ਬੰਦੇ ਮ ਅ ਅਜੰਸੀਆਂ ਦੇ ਬੰਦੇ ਸੀ ਇਹਦੇ ਨਾਲ ਟਰੈਕਟਰ ਦੇ ਉੱਤੇ ਉੱਥੇ ਇੱਕ ਬੰਦਾ ਬੈਠਾ ਨੀਲੀ ਪਾਗੜਾ ਬੁਲਟ ਮੋਟਰਸਾਈਕਲ ਉੱਥੇ ਐ ਉਹ ਬੁਲਟ ਮੋਟਰਸਾਈਕਲ ਤੇ ਸਾਡੇ ਨਾਲ-ਨਾਲ ਜਾਂਦਾ ਰਿਹਾ ਬੰਦਾ ਉਹ ਬੁਲਟ ਮੋਟਰਸਾਈਕਲ ਤੇ ਨਾਲ-ਨਾਲ ਜਾਂਦਾ ਰਿਹਾ ਉਹ ਬੰਦਾ ਮੁੜ ਕੇ ਫਿਰ ਇਹਦੇ ਨਾਲ ਕਿਵੇਂ ਉਹ ਤਾਂ ਇਹਨਾਂ ਤੋਂ ਬਹੁਤ ਅਸੀਂ ਪਿੱਛੇ ਸੀ ਤੇ ਉਹਦੇ ਨਾਲ ਉਦੋਂ ਜਾ ਕਿਵੇਂ ਰਜਾਰ ਆ ਲਿਆ ਬਾਈ ਜੀ ਮੰਨ ਲਓ ਸਾਡੀ ਗੱਲ ਮੰਨ ਲਓ ਇਹ ਬੰਦਾ ਆਰਐਸਐਸ ਤੁਹਾਡੇ ਵਰਗੇ ਹੋ ਕੇ ਤੁਹਾਨੂੰ ਮਾਰਦੀ ਐ ਆਰਸਤ ਮਰਦਾਂ ਵਾਂਗੂ ਤੁਹਾਡੇ ਸਾਹਮਣੇ ਨਹੀਂ ਲੜਦੀ ਇਹ ਬੰਦਿਆਂ ਨੇ ਤੁਹਾਨੂੰ ਬਦਨਾਮ ਕਰਨ ਲਈ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਮੋਰਚੇ ਨੂੰ ਫੇਲ ਕਰਨ ਲਈ ਤੇ ਹਿੰਦੂ ਵੋਟ ਹੋਰ ਪੱਕੀ ਕਰਨ ਲਈ ਭਾਜਪੀ ਨੇ ਕੰਮ ਕੀਤਾ ਉਹਨਾਂ ਦਾ ਬੰਦਾ ਬੜੀਆਂ ਗੱਲਾਂ ਨੇ ਬੜੀਆਂ ਗੱਲਾਂ ਨੇ ਅਸੀਂ ਪਹਿਲੇ ਅਸੀਂ ਯਾਰ ਜਥੇ ਬੰਦਿਆਂ ਦਾ ਚੋਰ ਨੇ ਅਸੀਂ ਕਲਾਕਾਰ ਚੋਰ ਸੀ ਅਸੀਂ ਪਹਿਲੀ ਦੂਜੀ ਮੀਟਿੰਗ ਤੋਂ ਇਹਦੇ ਤੋਂ ਦੂਰ ਹੋ ਗਏ ਅਸੀਂ ਕਿਉਂ ਦੂਰ ਹੋ ਗਏ ਚਲ ਯਾਰ ਮੇਰਾ ਛਡੋ ਕਮਰ ਗਰੇਵਾਲ ਦਾ ਛੋਟਾ ਨਾ ਆਇਆ ਸਿੱਪੀ ਗਿੱਲਰੀ ਜਸ ਬਾਜਵੇਰੀ ਉਹ ਹਣ ਉਹ ਤਾਂ ਉਹਦਾ ਤਾਂ ਇਹਨਾਂ ਤੋਂ ਵੱਡਾ ਨਾਮ ਆ ਉਹਨਾਂ ਦਾ ਕਿਉਂ ਦੂਰ ਹੋਏ ਕੋਈ ਤਾਂ ਗੱਲ ਹੋਊਗੀ ਕਿਉਂ ਚੁੱਪ ਹੋਏ ਜਾਂ ਸਮਝ ਨਾਲ ਥੋੜੀ ਜੀ ਰੜਕ ਵੀ ਚੱਲੀ ਉਦੋਂ ਤੁਸੀਂ ਵਰਸੇ ਫਿਰ ਅਸੀਂ ਚੁੱਪ ਕਰ ਗਏ ਕਿ ਨਹੀਂ ਯਾਰ ਆਪਾਂ ਕਿਸਾਨ ਮੋਰਚਾ ਨਹੀਂ ਫੇਲ ਕਰਨਾ ਇਹ ਨਾ ਹੋ ਜੇ ਲੋ ਸਾਰਾ মিডিਆ ਲੋਕ ਇੱਧਰ ਉਲਝੇ ਜਾਣ ਤੇ ਹੁਣ ਤੁਸੀਂ ਦੱਸੋ ਪਿਛਲੇ ਹਫਤੇ ਤੋਂ ਬਿੱਲਾਂ ਦੀ ਗੱਲ ਹੋ ਰਹੀ ਹੈ ਬਸ ਦੀਪ ਸਿੱਧੂ ਵਰਸੀ ਜਾ ਆ ਰੂਟ ਹੁਣ ਲਾਲ ਕਿਲਾ ਹੁਣ ਹਫਤਾ ਫੇਰ ਇੱਥੇ ਲੰਘ ਜਾਣਾ ਭਰਾਵੋ ਕਦੇ ਚੋਰ ਕਹਿੰਦਾ ਵੀ ਮੈਂ ਚੋਰੀ ਕੀਤੀ ਆ ਤੁਸੀਂ ਕਹਿੰਦੇ ਇਹ ਕਹਿੰਦਾ ਮੈਂ ਆਰਐਸਐਸ ਦਾ ਬੰਦਾ ਨਹੀਂ ਆਰਐਸਐਸ ਦਾ ਕਹੂਗਾ ਵੀ ਮੈਂ ਆਰਐਸਐਸ ਦਾ ਬੰਦਾ ਭਾਜਪੀ ਦਾ ਬੰਦਾ ਥੋੜਾ ਕਹੂਗਾ ਮੈਂ ਭਾਜਪੀ ਦਾ ਬੰਦਾ ਜਿਹੜਾ ਤੁਹਾਡਾ ਦੁਸ਼ਮਣ ਹੈ ਉਹ ਤੁਹਾਨੂੰ ਥੋੜਾ ਕਹੂਗਾ ਮੈਂ ਤੁਹਾਡਾ ਦੁਸ਼ਮਣ ਉਹ ਕਹੋਗਾ ਯਾਰ ਨਹੀਂ ਯਾਰ ਮੇਰੇ ਤਾਂ ਮੈਂ ਤਾਂ ਤੁਹਾਡਾ ਹੀ ਆ ਤੇ ਆਰਐਸਐਸ ਦਾ ਇਹ ਫਾਰਮੂਲਾ ਹੀ ਇਹ ਹੈ ਭਰਾਵੋ ਕਿਸਾਨ ਜਿੱਥੇ ਬੰਦੀਆਂ ਇਹਨਾਂ ਨਾਲ ਰਲ ਕੇ ਆਪਾਂ ਬਿੱਲ ਰੱਦ ਕਰਾਉਣੇ ਨੇ ਆਪਣਾ ਮਸਲਾ ਪਹਿਲਾਂ ਦੱਸੋ ਆਪਣਾ ਮਸਲਾ ਬਿੱਲ ਰੱਦ ਕਰਾਉਣਾ ਹੈ ਕੀ ਆਪਣੀ ਸਿੱਖੀ ਨੂੰ ਕੋਈ ਖਤਰਾ ਸੀ ਕੀ ਆਪਾਂ ਸਿੱਖੀ ਦੀ ਹੋਂਦ ਦੀ ਆਪਣਾ ਮਸਲਾ ਤਾਂ ਬਿੱਲ ਰੱਦ ਕਰਾਉਣਾ ਸੀ ਇਹਨਾਂ ਨੇ ਹੁਣ ਸਿੱਖੀ ਵਰਸਸ ਪਹਿਲਾਂ ਕਾਮਰੇਡ ਬਣਾਈ ਗਏ ਹੁਣ ਸਿੱਖ ਵਰਸਸ ਦੇਸ਼ ਬਣਾ ਰਹੇ ਆ ਤੁਹਾਨੂੰ ਖਤਮ ਕਰਨ ਲਈ ਜੀ ਬੀ ਜੀ ਪੀ ਦੀ ਸਰਕਾਰ ਪੰਜਾਬ ਚ ਬਣਾਉਣ ਲਈ ਤੇ ਇਹ ਮਿਲ ਕੇ ਬਣਾਉਣਗੇ ਇਹ ਮੈਂ ਜੇ ਕੋਈ ਗੱਲ ਝੂਠ ਕਰਦਾ ਹੂੰ ਨਾ ਇੱਥੇ ਬੈਠਾ ਹੀ ਜਾਨ ਨਿਕਲ ਜੇ ਮੈਨੂੰ ਗੋਲੀ ਮਾਰ ਦਿਓ ਯਾਰ ਮੈਂ ਹੁਣ ਬਾਹਰਲੇ ਭਰਾਵਾਂ ਨੂੰ ਕਹਿਣਾ ਬਾਹਰਲੇ ਸੱਜਣ ਸਾਡੇ ਭਾਵਕ ਹੋ ਕੇ ਉਥੇ ਕੁਝ ਕੁਝ ਕੇ ਜਿਹੜੀਆਂ ਸਰਕਾਰਾਂ ਦੇ ਬੰਕੀ ਯਾਰ ਪੰਨੂ ਐਡੀਆਂ ਵੱਡੀਆਂ ਗੱਲਾਂ ਕਰਦਾ ਉਹ ਗੁਰਸਿੱਖ ਕਿਉਂ ਨਹੀਂ ਆਇਆ ਇਹ ਗੁਰਸਿੱਖ ਕਿਉਂ ਨਹੀਂਗਾ ਇਹ ਕਹਿੰਦਾ ਮੈਂ ਪਰਣਾ ਗੱਲ ਚ ਪਾਲਿਆ ਯਾਰ ਐਡੀਆਂ ਵੱਡੀਆਂ ਗੱਲਾਂ ਕਰਨ ਵਾਲਾ ਜਿਹਦੇ ਚ ਐਡਾ ਪ੍ਰਭਾਵ ਹੋਵੇ ਸਿੱਖੀ ਦਾ ਤੇ ਉਹ ਦਾੜੀ ਨਾ ਰੱਖੇ ਤੇ ਉਹ ਕੇਸ ਨਾ ਰੱਖੇ ਤੇ ਪੱਗ ਨਾ ਬੰਨਦਾ ਹੋਵੇ ਉਹ ਛਾਤੀਆਂ ਮੰਨਦਾ ਹੋਵੇ ਅਸੀਂ ਤਾਂ ਐਮ ਪਲੀਤ ਆ ਅਸੀਂ ਤਾਂ ਕੁੱਤੇ ਆ ਕੰਜਰ ਆ ਇਹ ਤਾਂ ਵੱਡੀਆਂ ਗੱਲਾਂ ਕਰਦੇ ਆ ਇਹ ਐਵੇਂ ਤੇ ਬੰਦੇ ਹੋ ਐਵੇਂ ਤੇ ਬੰਦ ਐਵੇਂ ਤਾਂ ਸਿੱਖ ਹੋਊਗਾ ਇਹਦੀ ਪਹਿਲੀ ਫਿਲਮ ਰਮਤਾ ਜੋਗੀ ਸਕੂਲ ਦੀ ਕੁੜੀ ਨਾਲ ਇਸ਼ਕ ਲੜਾਉਂਦਾ ਹੋਊਗਾ ਜਿਹਦੇ ਤੇ ਸੰਤਾਂ ਦਾ ਪ੍ਰਭਾਵ ਹੋਊਗਾ 16 ਸਾਲ ਦੀ ਕੁੜੀ ਤੇ ਸਕੂਲ ਦੀ ਤੇ ਗੇੜੇ ਮਾਰਦਾ ਹੋਊਗਾ ਉਹ ਇਆਂ ਫਿਲਮਾਂ ਕਰੂਗਾ ਇਹ ਮੈਂ ਕਹਿੰਨਾ ਹੁਣ ਵੇਲਾ ਜੋ ਹੋ ਗਿਆ ਆਪਾਂ ਬਚ ਗਏ ਆਪਾਂ 95% ਕੰਮ ਜਾ 5% ਸਿਰਫ ਸਰਕਾਰ ਕੰਮ ਜਾ ਹੋਈ ਆਪਾਂ ਬਚ ਗਏ ਵੱਡੇ ਦੰਗਿਆਂ ਤੋਂ ਆਪਣੀਆਂ ਪੁੱਤਾਂ ਨੂੰ ਮਰਾਉਣ ਤੋਂ ਬਚ ਗਏ ਆਪਣਾ ਮੋਰਚਾ ਉੱਥੇ ਹੀ ਖੜਾ ਹੈ ਮੇਰੀ ਦੋਸਤਾਂ ਨੂੰ ਜਿਹੜੇ ਹੁਣ ਕਹਿੰਦੇ ਸਹੀ ਕੀਤਾ ਨਿਸ਼ਾਨ ਝੂਲਤੇ ਜਿੱਤ ਨਹੀਂ ਹੋਈ ਜਿੱਦਣ ਬਿੱਲ ਰੱਦ ਹੋਣਗੇ ਨਿਸ਼ਾਨ ਗੁਰੂ ਸਾਹਿਬ ਦੇ ਆਪਣੇ ਆਪ ਝੁਲੇ ਜਾਣਗੇ ਨਿਸ਼ਾਨ ਐ ਨਹੀਂ ਉਹ ਲਟਕਾ ਕੇ ਆ ਕੇ ਉੱਥੇ ਗੁਰੂ ਸਾਹਿਬ ਦਾ ਨਿਸ਼ਾਨ ਉਹਦੀ ਬੇਅਦਬੀ ਕਰਾਉਣ ਲਈ ਉੱਥੇ ਖੜਦੇ ਤੇ ਮੇਰੀ ਭਰਾਵੋ ਤੱਤ ਤੇ ਬਿਆਨ ਦੇ ਕੇ ਨਾਂ ਪੜਕਾਓ ਨੌਜਵਾਨੀ ਨੂੰ ਇੱਥੇ ਵਾਲੀ ਨੂੰ ਨਾਂ ਪੜਕਾਓ ਨਹੀਂ ਮੁੰਡੇ ਮਰੋਣੇ ਕਿ ਚਾਹੁੰਦੇ ਹੋ ਦੁਆਰਾ ਚਰਾਸੀ ਇਹ ਕਹਿੰਦੇ ਨਾ ਇਹ ਨਾਮ ਰੱਖ ਦਿੰਦਾ ਪੰਨੂ ਕਿ 2.5 ਲੱਖ ਦਊਂਗਾ ਮੈਂ 10000 ਡਾਲਰ ਤੋਂ ਕੀ ਭੇਜਦਾ ਇਹ ਕਹੋ ਨਾਮ ਜਿਹੜੇ ਇੰਨਾ ਪਹਿਲੇ ਜਦੋਂ ਆਪਣੇ ਖੜਕੂਬਾਦ ਵੇਲੇ ਜਿਹ ਪਹਿਲਾਂ ਉਦੋਂ ਮੂਵਮੈਂਟ ਵਾਲੇ 80 90 ਦੀ ਤੇ ਜਿਹੜੇ ਇਕੱਲੀਆਂ ਇਕੱਲੀਆਂ ਮਾਵਾਂ ਨੇ ਬਾਲਿਆਂ ਵਾਲੀਆਂ ਛੱਤਾਂ ਨੇ ਉਹਨਾਂ ਨੂੰ ਕਦੇ ਪੈਸੇ ਭੇਜੇ ਇਹਨਾਂ ਨੇ ਉਹਨਾਂ ਨੂੰ ਕਦੇ ਪੈਸੇ ਭੇਜੇ ਆ ਇੱਥੇ ਮਾਵਾਂ ਦੇ ਥਰੂ ਸੁੱਕ ਗਏ ਹਾਂ ساری ਜ਼ਿੰਦਗੀ ਰੋ ਰੋ ਕੇ ਬਾਤ ਟੁੱਟੇ ਮਲੇ ਇੱਕੇ ਕੋਠੇ ਸੰਪਲਸਤਰ ਵੀ ਨਹੀਂ ਹੋਏ ਕੱਢਤੇ ਉਹਨਾਂ ਦੀ ਕਿਸੇ ਨੇ ਬਾਸ ਲਈ ਅੱਜ ਤੱਕ ਇੱਥੇ ਹੁਣ ਪੁੱਤ ਮਰਾਉਣ ਲੱਗੇ ਹੋ ਤੁਸੀਂ ਜਿਹੜੇ ਪੰਜਾਬ ਤੋਂ ਬਾਹਰ ਬੈਠਿਆ ਸਿੱਖ ਹੋ ਮਰਾਉਣੇ ਆ ਬਿੱਲ ਰੱਦ ਕਰਾਉਣੇ ਆ ਕਿ ਕਿਸਾਨੀ ਜ਼ਮੀਨ ਬਚਾਉਣੀ ਆ ਕਿ ਸਾਡੀ ਸਿੱਖੀ ਨੂੰ ਕੋਈ ਖਤਰਾ ਹੈ ਜਿਦ ਦਿਨ ਬਿੱਲ ਰੱਦ ਹੋਣਗੇ ਦੁਨੀਆ 'ਚ ਝੂਲਦੀ ਹੈ ਸਿੱਖੀ ਦੁਨੀਆ 'ਚ ਸਿੱਖ ਕੌਮ ਦੀ ਇੱਜ਼ਤ ਹੈ ਜੋ ਅਸੀਂ ਚੰਗੇ ਕੰਮ ਕਰਦੇ ਆ ਚਾ ਲੰਗਰਾਂ ਦੀ ਚਾ ਸੇਵਾਾਂ ਦੀ ਤੇ ਅੱਜ ਇਹ ਬਦਨਾਮ ਕਰਨ ਨੂੰ ਲੱਗੇ ਨੇ ਇਹ ਸਰਕਾਰ ਦੇ ਨਾਲ ਮਿਲ ਕੇ ਖੇਡਦੇ ਆ ਇਹਨਾਂ ਨੂੰ ਕੋਈ ਸਿੱਖੀ ਦਾ ਦਰਦ ਨਹੀਂ ਆ ਭਰਾਓ ਇਹ ਮਾਰਨਾ ਚਾਹੁੰਦੇ ਆ ਸਾਨੂੰ ਤੇ ਤੁਸੀਂ ਮਾਰ ਰਹੇ ਇਹਨਾਂ ਦੀਆਂ ਭਾਵਨਾਾਂ ਚ ਆ ਕੇ ਇਹ ਤੁਹਾਨੂੰ ਭਾਵਨਾਾਂ ਚ ਲੈ ਕੇ ਮਾਰ ਰਹੇ ਆ ਕਿਉਂ ਨਹੀਂ ਆਪਣਾ ਹੀਰ ਦਿਮਾਗ ਵਰਤੇ ਹੁਣ ਨਾ ਗਰਮ ਕਮੈਂਟ ਪਾਓ ਨਾ ਗਰਮ ਗਰਮ ਪੋਸਟਾਂ ਪਾਓ ਨਹੀਂ ਪੁੱਤ ਮਰਾਂ ਨੇ ਮੇਰੀ ਬੇਨਤੀ ਆ ਆਪਾਂ ਬਿੱਲ ਰੱਦ ਕਰਾਉਣੇ ਨੇ ਆਪਾਂ ਲੜਾਈ ਆਪਣੀ ਕਿਸਾਨੀ ਦੀ ਹੈ ਆਪਣੇ ਆਪਾਂ ਸਾਰੇ ਕਿਸਾਨੀ ਦੀ ਲੜਾਈ ਲੜ ਰਹੇ ਆਂ ਕਿਸਾਨੀ ਦੀ ਆਪਾਂ ਲੜਨਾ ਆਪਾਂ ਜਿੱਤਣੀ ਹੈ ਜੰਗ ਤੇ ਆਪਾਂ ਗੁਰੂ ਸਾਹਿਬ ਨੇ ਤਾਂ ਆਪਣੀ ਇੰਨੀ ਇੱਜ਼ਤ ਬਣਾ ਦੇਣੀ ਹੈ ਦੁਨੀਆ 'ਚ ਕਿ ਦੁਨੀਆ ਯਾਦ ਕਰੂਗੀ ਕਿ ਸਿੱਖ ਕੌਮ ਨੇ ਅਗਵਾਈ ਕੀਤੀ ਕਿਸਾਨ ਚੋਂ ਸਿੱਖਾਂ ਨੇ ਅਗਵਾਈ ਕੀਤੀ ਤੇ ਸਾਰੇ ਦੇਸ਼ ਨੂੰ ਨਾਲ ਲੈ ਕੇ ਉਹਨਾਂ ਨੇ ਹਿੰਦੂ ਨੂੰ ਮੁਸਲਮਾਨ ਨੂੰ ਸਿੱਖ ਨੂੰ ਈਸਾਈ ਨੂੰ ਨਾਲ ਲੈ ਕੇ ਸਿੱਖਾਂ ਨੇ ਬਿੱਲ ਰੱਦ ਕਰਵਾਏ ਤੇ ਜੰਗ ਜਿੱਤੀ ਆਪਣੀ ਤਾਂ ਇਹ ਇੰਨੀ ਸੋਭਾ ਹੋਣੀ ਹੈ ਆਪਣਾ ਤਾਂ ਦੁਨੀਆ ਕੋਲ ਸਲੂਟ ਕਰੂਗੀ ਆਪਾਂ ਤਾਂ ਨਾ ਦੁਨੀਆ ਤੇ ਰਾਜ ਕਰਨਾ ਕੀ ਆਪਾਂ ਯਾਰ ਇੱਥੋਂ ਤੱਕ ਰਹਿ ਜਾਣਾ ਆਪਾਂ ਮੰਨਿਆਂ ਨੂੰ ਪੜਾ ਕੇ ਆਪਾਂ ਕਿੱਥੋਂ ਆਪਣੀਆਂ ਜ਼ਮੀਨਾਂ ਬਚਾਉਣੀਆਂ ਨਾ ਗਰਮ ਪੋਸਟਾਂ ਪਾਓ ਨਾ ਇਸ ਬੰਦੇ ਨੂੰ ਨਾ ਐਸੇ ਬਹਿਰੂਪੀਏ ਨੂੰ ਚਾੜੋ ਸਿਰ ਤੇ ਨਾ ਚਾੜੋ ਅਸੀਂ ਗਲਤ ਨਹੀਂ ਐ ਨਾ ਗਰਮ ਪੋਸਟਾਂ ਪਾਓ ਆਪਣੇ ਬਜ਼ੁਰਗ ਨੇ ਯਾਰ ਆਪਣੇ ਨਾਲ ਨੇ ਕੁਝ ਗਲਤ ਹੋਗਾ ਤੁਹਾਡੇ ਤੋਂ ਪਹਿਲਾਂ ਸਭ ਬੋਲਾਂਗੇ ਅਸੀਂ ਨਹੀਂ ਸੀ ਬੋਲ ਰਹੇ ਅਸੀਂ ਯਾਰ ਕਿਸੇ ਨੇ ਯਾਰ ਖਿੰਡ ਕੋਡਣਾ ਹੋਵੇ ਪਰ ਹੁਣ ਵੇਲਾ ਨਹੀਂ ਚੁੱਪ ਰਹਿਣ ਦਾ ਹੁਣ ਵੇਲਾ ਨਹੀਂ ਚੁੱਪ ਰਹਿਣ ਦਾ ਭਰਾਵੋ ਤੈਨੂੰ ਪਤਾ ਹੀ ਨਹੀਂ ਤੈਨੂੰ ਕਿਵੇਂ ਮਾਰ ਰਿਹਾ ਤੈਨੂੰ ਜਿਵੇਂ ਬਾਦਲ ਤੁਹਾਡੇ ਨਾਲ ਮਿੱਠਾ ਹੋ ਕੇ ਤੈਨੂੰ ਲੁੱਟਿਆ ਤੇ ਹੁਣ ਹੁਣ ਪਤਾ ਲੱਗਿਆ ਨਾ ਕਿ ਉਹ ਗਲਤ ਬੰਦਾ ਸੀ ਬੀਜੇਪੀ ਨੂੰ ਪੰਜਾਬ ਚ ਆਰਐਸਐਸ ਦੀ ਐਂਟਰੀ ਕਰਾਉਣ ਵਾਲਾ ਉਹ ਹੈ ਨਾ ਤੇ ਇਹ ਬੰਦਾ ਹੁਣ ਇਹਨੂੰ ਵਧਾਉਣ ਵਾਲਾ ਹੈ ਇਹਨੂੰ ਵਧਾਉਣ ਫਲਾਉਣ ਵਾਲਾ ਇਹ ਬੰਦਾ ਹੈ ਇਹਦੇ ਤੋਂ ਬਚ ਜੂਗੇ ਹੁਣੇ ਚੰਗਾ ਨਹੀਂ ਤਾਂ ਇਹ ਇੱਥੇ ਤੁਹਾਨੂੰ ਸਰਕਾਰ ਸਰਕਾਰ ਬੀਜੇ ਦੀ ਆਈ ਲਾਓ ਜਿਹਦੇ ਮਗਰ ਲੱਗੇ ਰਹੋਗੇ ਮੈਂ ਪੱਗ ਰੱਖਦਾ ਪਰਨਾ ਰੱਖਦਾ ਤੁਹਾਡੇ ਸਿਰ 'ਚ ਤੁਹਾਡੇ ਪੈਰਾਂ 'ਚ ਬਾਹਰਲੇ ਭਰਾਵਾਂ ਦੇ ਰੱਖਦਾ ਇਹਦੇ ਮਗਰ ਨਾ ਲੱਗੋ ਅ ਮੇਰੀ ਲਾਜ ਆ ਇਹਦੀ ਰਾ ਲਾਜ ਰੱਖ ਲੋ ਆ ਇੱਜ਼ਤ ਦੀ ਲਾਜ ਰੱਖ ਲੋ ਕੀ ਕੀ ਤੈਨੂੰ ਕੀ ਤੈਨੂੰ ਕੀ ਪੱਟੀ ਐ ਤੁਹਾਨੂੰ ਕੀ ਪੱਟੀ ਐ ਕਿਹੜੀਆਂ ਭਾਵਨਾਾਂ ਚ ਵੇ ਵੇ ਹੋ ਤੁਸੀਂ ਅਸੀਂ ਪਾਗਲਾ ਜਿਹੜੇ ਧਰਤੀ ਤੇ ਚਾਰ ਮਹੀਨਿਆਂ ਤੋਂ ਪਿੱਟੀ ਜੰਨੇ ਆ ਫਰੀ ਜੰਨੇ ਆ ਅਸੀਂ ਬਕਾਉ ਆ ਇੱਕ ਬੰਦਾ ਸਹੀ ਐ ਸਾਰੀ ਦੁਨੀਆ ਬਕਾਉ ਐ 40 ਬੰਦੇ ਬਕਾਉ ਨੇ ਸਾਰੇ ਕਲਾਕਾਰ ਬਕਾਉ ਨੇ ਇੱਕ ਬੰਦਾ ਸਹੀ ਐ ਜੇ ਅਸੀਂ ਬੋਲਦੇ ਹਾਂ ਤੁਸੀਂ ਕਹਿੰਦੇ ਹੋ ਯਾਰ ਪਬਲਿਸਿਟੀ ਲਈ ਕਰਦੇ ਹੋ ਜੇ ਸੱਚ ਬੋਲਦੇ ਹਾਂ ਇਹ ਤਾਂ ਤੁਸੀਂ ਉਹਦੀ ਬਦਨਾਮੀ ਕਰਦੇ ਹੋ ਆਪਦੀ ਪਬਲਿਸਿਟੀ ਲਈ ਕੀ ਪਬਲਿਸਿਟੀ ਯਾਰ ਸਾਡੀਆਂ ਜ਼ਮੀਨਾਂ ਨਹੀਂ ਰਹਿਣਗੀਆਂ ਸਾਡੀ ਹੁੰਦੀ ਨਹੀਂ ਰਹੂ ਜੇ ਸਾਡੀ ਜ਼ਮੀਨ ਹੈ ਤਾਂ ਸਾਡੀ ਹੁੰਦਾ ਕੀ ਅਸੀਂ ਕੀ ਛੱਟਣਾ ਪਬਲਿਸਿਟੀਆਂ ਨੂੰ ਯਾਰ ਬਰਾਉਨ ਨਰਮ ਸਿਰਫ ਬਿੱਲਾਂ ਬਿੱਲ ਰੱਦ ਦੀ ਗੱਲ ਕਰੋ ਪਿਆਰ ਦੀ ਗੱਲ ਕਰੋ ਹਰਿਆਣੇ ਵਾਲੇ ਹੋਰ ਹਿੰਦੂ ਕਮਿਊਨਿਟੀ ਨੂੰ ਭਾਈ ਇਹਨਾਂ ਨੂੰ ਸਮਝਾਓ ਕਿ ਨਹੀਂ ਇਹ ਸਰਕਾਰ ਨੇ ਕੀਤਾ ਅਸੀਂ ਨਹੀਂ ਕੁਝ ਕੀਤਾ ਅਸੀਂ ਨਹੀਂ ਕੁਝ ਕੀਤਾ ਤੇ ਸੱਚੀ ਅਸੀਂ ਨਹੀਂ ਕੁਝ ਕੀਤਾ ਜ ਨਹੀਂ ਤਾਂ ਆਪਣੇ ਜਿਹੜੇ ਪੰਜਾਬ ਤੋਂ ਬਾਹਰ ਧੀਆਂ ਪੁੱਤ ਇਹਨਾਂ ਨੇ ਮਰਾਣੇ ਨੇ ਭਾਜਪੀ ਹਮੇਸ਼ਾ ਹੀ ਕਰਦੀ ਆਈ ਹੈ ਦੰਗੇ ਕਰਦੀ ਆਈ ਹੈ ਦਵਾਰਾਂ ਨਾ ਲਾਸ਼ਾਂ ਦੇ ਢੇਰ ਤੇ ਨਾ ਅੱਗ ਲਾਓ ਬਰੂਦ ਤੇ ਬੈਠੇ ਆ ਜਿਹੜੇ ਤੇ ਨਾ ਅੱਗ ਲਾਓ ਨਾ ਭਾਵਕ ਹੋ ਦਿਮਾਗ ਖੋਲੋ ਭਾਵਨਾਵਾਂ ਵਿੱਚ ਨਾ ਬੋ ਇਹ ਤੁਹਾਡੀਆਂ ਭਾਵਨਾਵਾਂ ਨਾਲ ਖੇਡ ਕੇ ਤੁਹਾਡੇ ਵਰਗੀਆਂ ਗੱਲਾਂ ਕਰਕੇ ਤੁਹਾਨੂੰ ਮਾਰਦੇ ਨੇ ਆ ਮੇਰੇ ਹੱਥ ਜੜਾ ਲਓ ਪੈਰੀ ਪੈਨਾ ਤੁਹਾਡੇ ਜੇ ਮੇਰੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ ਫਾਂਸੀ ਦੇ ਦਿਓ ਚੌਂਕ 'ਚ ਲਟਕਾ ਦਿਓ ਚੌਂਕ 'ਚ ਲਟਕਾ ਦਿਓ ਸਾਨੂੰ ਸਾਰਿਆਂ ਨੂੰ ਲਟਕਾ ਦਿਓ ਮਾਰ ਦਿਓ ਸਾਰੀਆਂ ਜਿੱਥੇ ਬੰਦੀਆਂ ਦੇ ਅੱਗੋਂ ਨੂੰ ਮਾਰ ਦਿਓ ਸਾਨੂੰ ਕਲਾਕਾਰਾਂ ਨੂੰ ਤਿੰਨਾਂ ਚਾਰਾਂ ਨੂੰ ਜਿਹੜੇ ਨਾਲ ਲੱਗੇ ਆ ਮਾਰ ਦਿਓ ਸਾਨੂੰ ਫਿਰ ਨਾ ਕਰੋ ਯਾਰ ਆਪਾਂ ਬਿੱਲ ਰੱਦ ਆਪਾਂ ਕਿਸੇ ਜ਼ਮੀਨ ਨਾਲ ਕਿਸਾਨੀ ਬਚਾਉਣੀ ਹੈ ਯਾਰ ਆਪਾਂ ਸਾਰੇ ਭਾਈਚਾਰੇ ਦੇ ਨਾਲ ਰਹਿ ਕੇ ਦੁਨੀਆ 'ਚ ਸਿੱਖਾਂ ਦੀ ਇੱਜ਼ਤ ਬਣਾਉਣੀ ਹੈ ਰੋਲਣਾ ਨਹੀਂ ਸਿੱਖੀ ਨੂੰ ਮੁੰਡੇ ਨਹੀਂ ਮਰਵਾਉਣੇ ਆਪਾਂ ਯਾਰ ਨਾ ਲੱਗੋ ਬਹਿਰੂਪੀਆਂ ਮਗਰ